उस घर गेड़े मारन लग गई परिवार दे विच जिवें तुहाडे बजुर्ग उन्होंने पुछा भी होना भी की गल है क्यों पुछिया भी क्या गल आ भी भाई पुलिस गेड़े मारदी आ भी ओह आ तां कहिंदा भी पुलिस भी मैनू तां इह करके ले गई थी फड़ के ले गई थी भी मैनू भी हुण नहीं भी मैं इन्हां दे हत्थ आउणा हैगा कहिंदे हुण तां मैनू इहने मार देणा ਜਿਹੜੇ ਬਲਵਿੰਦਰ ਸਿੰਘ ਜਟਾਣਾ ਹੁਣੀ ਉਹ ਤੁਹਾਡੇ ਸਕੇ ਭਰਾ ਹਾਂਜੀ ਸਕੇ ਭਰਾ ਮੈਂ ਵੱਡੀ ਭੈਣ ਆ ਉਹ ਮੇਰੇ ਤੋਂ ਛੋਟਾ ਤੇ ਉਹ ਕਿੰਨੇ ਪੜ੍ਹੇ ਲਿਖੇ ਸੀਗੇ ਤੁਸੀਂ ਇਕੱਠੇ ਰਹੇ ਤੁਹਾਡੇ ਨਾਲ ਖੇਡਦੇ ਰਹੇ ਹੁਣੇ ਜਰਾ ਪੜ੍ਹਿਆ ਤਾਂ ਉਹਨੇ ਇੰਗਲਿਸ਼ ਦੀ ਐਮਏ ਕਰ ਰਿਹਾ ਤਾਂ ਪੜ੍ਹਿਆ ਤਾਂ ਬਹੁਤ ਆ ਪਿੰਡ ਤੇ ਜਟਾਣੇ ਪਿੰਡ ਤੇ ਪੰਜਵੀਂ ਤੱਕ ਕਰੀ ਆ ਉਹਨੇ ਅਤੇ ਰੋਪੜ ਉਹਨੇ ਵੇਲੇ ਕਾਲਜ ਔਰ ਹਾਈ ਸਕੂਲ 'ਤੇ ਉਹਨੇ ਬੀ ਏ ਦਸਵੀਂ ਔਰ ਬੀ ਏ ਵੇਲੇ 'ਤੇ ਕਰੀ ਫਿਰ ਰੋਪੜ ਐਮ ਏ ਜਿਵੇਂ ਹੁਣ ਇੱਕਦਮ ਜਿਹੜਾ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਆਇਆ ਐਸ ਵਾਈ ਐਲ ਇਹਦੇ ਵਿੱਚ ਇੱਕਦਮ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਨਾਮ ਦੁਬਾਰਾ ਜਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਕਿਵੇਂ ਲੱਗਿਆ ਇੱਕਦਮ ਜਦੋਂ ਇਸ ਤੋਂ ਪਹਿਲਾਂ ਜਾਂ ਕਦੇ ਸਿੱਧੂ ਮੂਸੇਵਾਲੇ ਨੇ ਤੁਹਾਡੇ ਘਰ ਆ ਕੇ ਕਦੇ ਕੋਈ ਗੱਲ ਕੀਤੀ ਇੱਦਾਂ ਕੁਛ ਹੋਇਆ ਬਹੁਤ ਮਾਣ ਮਹਿਸੂਸ ਹੁੰਦਾ ਆਪਣੇ ਭਰਾ 'ਤੇ ਵੀ ਐਡਾ ਬੜਾ ਨਾਮ ਖੱਟ ਗਿਆ ਅਤੇ ਕਿੰਨੇ ਸਾਲਾਂ ਬਾਅਦ ਅੱਜ ਫਿਰ ਬੱਚੇ ਬੱਚੇ ਦੀ ਜ਼ਬਾਨ 'ਤੇ ਉਹਦਾ ਨਾਮ ਜਿੱਥੇ ਮਾਣ ਆ ਤਾਂ ਉੱਥੇ ਇੱਕ ਬਰਾਬਰ ਦੇ ਭੈਣ ਭਾਈ ਦਾ ਚਲੇ ਜਾਣਾ ਦੁੱਖ ਵੀ ਬਹੁਤ ਆ ਮੈਨੂੰ ਮੈਂ ਨਾ ਸਿੰਦਰ ਦੇ ਨਾਲ ਬਰਾਬਰ ਤਾਂ ਮੈਨੂੰ ਪਿਤਾ ਜੀ ਨੇ ਫੇਲ ਕਰਵਾ ਤਾ ਇਹ ਜਾ ਕੇ ਕਹਿ ਕੇ ਆਇਆ ਜਦ ਕਿ ਪਿਤਾ ਜੀ ਤਾਂ ਨਾਂ ਦਾਖਲ ਕਰਾ ਕੇ ਆਏ ਤੇ ਕਹੀ ਜਾਂਦਾ ਤਾਂ ਇਹ ਮੈਨੂੰ ਫੇਲ ਕਰਵਾ ਕੇ ਆਇਆ ਪਿਤਾ ਜੀ ਨੂੰ ਕਹੀ ਪਿਤਾ ਜੀ ਨੇ ਮੈਨੂੰ ਫੇਲ ਕਰਵਾ ਤਾ ਮੈਨੂੰ ਪਿੱਛੇ ਕਰਵਾ ਤਾ ਜਿਵੇਂ ਕਹਿੰਦੇ ਹੁੰਦੇ ਕੋਈ ਰੱਬੀ ਰੂਹ ਜੀ ਹੁੰਦੀ ਆ ਬਈ ਕਿਸੇ ਨਾਲ ਬੋਲਣਾ ਨਹੀਂ ਔਖਾ ਹੋ ਕੇ ਪਿਆਰ ਪ੍ਰੇਮ ਪਿਆਰ ਨਾਲ ਬੋਲਣਾ ਬੜਿਆਂ ਨਾਲ ਵੀ ਛੋਟੇ ਬੱਚਿਆਂ ਨਾਲ ਵੀ ਬਰਾਬਰ ਦੇ ਨਾਲ ਤਾਂ ਭਲਾ ਮੈਂ ਕਹਿੰਦੀ ਪਤਾ ਹੀ ਨਹੀਂ ਹੁੰਦੇ ਕਿੰਨੇ ਸੰਗ ਸਾਥੀ ਹੋਣੇ ਆ ਬਈ ਬਰਾਬਰ ਦੇ ਨਾਲ ਵੀ ਇਹੀ ਜੀ ਉਹਦੀ ਮਤਲਬ ਕਿ ਉਹਦੀ ਜਿਵੇਂ ਕਹਿੰਦੇ ਹੁੰਦੇ ਕੋਈ ਰੱਬੀ ਰੂਹ ਹੁੰਦੀ ਆ ਸਭ ਨਾਲ ਆ ਜਦੋਂ ਉਹਨਾਂ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਕੁਛ ਜਦੋਂ ਉਸ ਲਹਿਰ ਦੇ ਨਾਲ ਜੁੜੇ ਤਸ਼ੱਦਦ ਵੀ ਹੋਏ ਹੋਣੇ ਆ ਪਰਿਵਾਰ ਲਹਿਰ ਦੇ ਨਾਲ ਜਦੋਂ ਜੁੜਿਆ ਹੈ ਉਸ ਟਾਈਮ ਇਹ BA ਕਰ ਕਹਿੰਦਾ MA ਕਰ ਰਿਹਾ ਸੀ ਇੰਗਲਿਸ਼ ਦੀ ਅਤੇ ਉੱਥੇ ਰਹਿੰਦਾ ਹੁੰਦਾ ਸੀ ਰੋਪੜ ਕਮਰਾ ਲੈ ਕੇ ਕਿਰਾਏ 'ਤੇ ਫਿਰ ਇਹਨੂੰ ਪੁਲਿਸ ਲੈ ਗਈ ਉੱਥੇ ਅਤੇ ਕਹਿੰਦੇ ਆ ਵੀ ਕੋਈ ਆ ਕੇ ਰਿਹਾ ਇਹਦੇ ਕੋਲ ਵੀ ਰਾਤ ਕੱਟ ਗਿਆ ਪਤਾ ਨਹੀਂ ਹੁਣ ਕੌਣ ਰਾਤ ਕੱਟ ਗਿਆ ਕੌਣ ਨਹੀਂ ਫਿਰ ਪੁਲਿਸ ਲੈ ਗਈ ਆ ਫਿਰ ਉੱਥੇ ਜਾਣੀ ਸੋਚਦੇ ਆ ਘਰਦੇ ਵੀ ਇਹ ਹਰੇਕ ਹਫ਼ਤੇ ਆਉਂਦਾ ਵੀ ਹੁਣ ਆਇਆ ਹੀ ਨਹੀਂ ਹੈਗਾ ਇਸ ਵਾਰੀ ਵੀ ਚਲੋ ਪਤਾ ਕਰਦੇ ਹਾਂ ਵੀ ਕਿਉਂ ਨਹੀਂ ਆਇਆ ਹੈਗਾ ਅਜੇ ਸੋਚਦੇ ਅਤੇ ਜਦੋਂ ਫਿਰ ਆ ਵੀ ਗਿਆ ਇਹ ਵੀ ਚੱਲ ਜਾ ਕੇ ਆਉਂਦੇ ਹਾਂ ਤਿਆਰ ਹੁੰਦੇ ਹੀ ਅਤੇ ਜਾਣੇ ਨੂੰ ਆ ਗਿਆ ਫਿਰ ਆ ਕੇ ਫਿਰ ਦੁਬਾਰਾ ਫਿਰ ਚਲੇ ਗਿਆ ਆਪਣਾ ਪੜ੍ਹਾਈ ਕਰੇ ਕਮਰਾ ਬਦਲ ਕੇ ਲੱਗ ਗਿਆ ਰਹਿਣ ਜਦੋਂ ਕਮਰਾ ਬਦਲ ਕੇ ਲੱਗਿਆ ਰਹਿਣ ਫਿਰ ਪੁਲਿਸ ਲੱਗ ਗਈ ਘਰ ਜਿਹੜੇ ਬੜੀ ਦਿੱਕਤ ਵੀ ਆਈ ਹੋਣੀ ਆ ਬਾਅਦ ਵਿੱਚ ਤੁਹਾਨੂੰ ਪਰਿਵਾਰ ਨੂੰ ਪਰੇਸ਼ਾਨੀ ਆਈ ਹੋਣੀ ਬਾਅਦ ਵਿੱਚ ਜਦੋਂ ਉਹਨਾਂ ਦਾ ਖੁਲਾਸਾ ਜੀ ਪਰੇਸ਼ਾਨੀ ਤਾਂ ਫਿਰ ਰੋਜ਼ੇ ਪੁਲਿਸ ਤਾਂ ਫਿਰ ਰੋਜ਼ੇ ਆਉਂਦੀ ਤੀ ਫਿਰ ਰੋਜ਼ੇ ਕਹਿੰਦੀ ਤੀ ਸਾਨੂੰ ਪੇਸ਼ ਕਰੋ ਜੀ ਪੇਸ਼ ਕਰੋ ਜੀ ਫਿਰ ਅਸੀਂ ਤਾਂ ਫਿਰ ਕਹਿਤਾ ਤਾਂ ਵੀ ਸਾਡੇ ਕੋਲ ਹੈ ਨਹੀਂ ਉਹ ਵੀ ਅਸੀਂ ਤਾਂ ਵੀ ਹੁਣ ਉਹ ਤਾਂ ਚਲੇਗਾ ਸੰਘਰਸ਼ ਵਿੱਚ ਆਪਣਾ ਤੁਸੀਂ ਆਪ ਲੱਭੋ ਇਹ ਤੁਹਾਡਾ ਕੰਮ ਆ ਸਾਨੂੰ ਕਿਆ ਪਤਾ ਹੁਣ ਅਸੀਂ ਤਾਂ ਘਰ ਵਿੱਚ ਬੈਠੇ ਹਾਂ ਮੈਂ ਜੀ ਪਹਿਲਾਂ ਪਿੰਡੇ ਰਹਿੰਦੀ ਤੀ ਫਿਰ ਹੌਲੀ ਹੌਲੀ ਪਿੰਡ ਛੱਡ ਕੇ ਫਿਰ ਮੋਰਿੰਡੇ ਚਲੇ ਗਈ ਫਿਰ ਮੋਰਿੰਡੇ ਜਦ ਅਸੀਂ ਗਏ ਆ ਮੋਰਿੰਡੇ ਗਏ ਆ ਜਿਹੜਾ ਹੁਣ ਤਾਂ ਉਹ ਸਰਪੰਚ ਹੈ ਨਹੀਂ ਮਤਲਬ ਕਿ ਪਿੰਡ ਦੇ ਨਹੀਂ ਕਿਸੇ ਬੰਦੇ ਨੇ ਨਾ
ਸਾਨੂੰ ਮਤਲਬ ਕਹਿਤਾ ਵੀ ਤੁਸੀਂ ਇੱਥੇ ਤੇ ਛੱਡ ਕੇ ਚਲੇ ਜਾਓ ਹੁਣ ਬਈ ਕੋਈ ਕਾਫੀ ਉਹੀ ਹੋਣੇ ਵਾਲਾ ਬਈ ਤੁਹਾਡੇ ਪਰ ਕੋਈ ਬਿਪਤਾ ਹੀ ਆਊਗਾ ਹੁਣ ਸੰਕਟ ਬਈ ਤੁਸੀਂ ਜਾਇਆ ਫਿਰ ਅਸੀਂ ਉੱਥੇ ਤੇ ਛੱਡ ਕੇ ਜੇ ਗਏ ਤੇ ਥੋੜੇ ਦਿਨ ਹੋਏ ਤੇ ਜਦ ਆਹ ਘਟਨਾ ਕਰਮ ਹੋ ਗਈ ਸਿੱਧੂ ਮੂਸੇਵਾਲੇ ਨੇ ਕਦੇ ਇੱਥੇ ਜਾਂ ਤੁਹਾਡੇ ਇੱਧਰ ਜਟਾਣੇ ਪਿੰਡ ਕਦੇ ਆਏ ਨਾ ਨਾ ਕੋਈ ਐਂ ਸੁਣਿਆ ਕਿਸੇ ਤੇ ਹੀ ਬਈ ਉਹ ਆ ਕੇ ਮਤਲਬ ਕਿ ਆਨੰਦਪੁਰ ਸਾਹਿਬ ਕੋਈ ਦੱਸਦਾ ਤਾਂ ਵੀ ਆਨੰਦਪੁਰ ਸਾਹਿਬ ਆ ਕੇ ਗਿਆ ਤਾਂ ਉੱਥੇ ਤੇ ਹੀ ਫਿਰ ਉਹਨੂੰ ਇੱਦਾਂ ਦੀਆਂ ਗੱਲਾਂ ਬਾਤਾਂ ਦੀਆਂ ਸਾਰਿਆਂ ਦੀਆਂ ਤੋਲੇ ਹਿਸਟਰੀਆਂ ਤੇ ਗਾਹਾਂ ਤੇ ਗਾਹਾਂ ਜਿੱਕਣਾ ਕੋਈ ਜਾਣ ਪਛਾਣ ਹੁੰਦਾ ਹੈ ਵੀ ਉੱਧਰ ਦਾ ਹੁੰਦਾ ਅੱਜ ਕੱਲ੍ਹ ਫੇਸਬੁੱਕ ਪਰ ਜੁੜੇ ਜਾਂਦੇ ਦੂਰ ਦੂਰ ਦੇ ਫਿਰ ਅਗਲੇ ਨੇ ਇੱਦਾਂ ਮਤਲਬ ਗੱਲਾਂ ਬਾਤਾਂ ਪੁੱਛ ਕੇ ਸਰਚ ਮਾਰ ਕੇ ਫਿਰ ਉਹਨੇ ਬਣਾਇਆ ਕਹਿੰਦੇ ਗਾਣਾ ਦੱਸਦੇ ਨੇ ਹੁਣ ਬਾਕੀ ਤਾਂ ਉਹੀ ਜਾਣਦਾ ਜਿਹੜੇ ਨੇ ਬਣਾਇਆ ਵੀ ਕਿਵੇਂ ਬਣਾਇਆ ਕਿਵੇਂ ਨਹੀਂ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨਜੀਤ ਮਾਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਦਤਾਰਪੁਰ ਜਿੱਥੇ ਕਿ ਹੁਣ ਸਿੱਧੂ ਮੂਸੇਵਾਲੇ ਦਾ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਗਾਣਾ ਰਿਲੀਜ਼ ਹੋਇਆ SYL ਨੂੰ ਲੈ ਕੇ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜਿਹੜਾ ਨਾਮ ਉਹ ਗਾਣੇ ਦੇ ਵਿੱਚ ਉਹਨਾਂ ਨੇ ਲਿੱਤਾ ਹੈ ਅਸੀਂ ਪਹੁੰਚੇ ਹਾਂ ਉਹਨਾਂ ਦੇ ਸਕੇ ਭੈਣ ਜਿਹੜੇ ਹੈਗੇ ਹੈ ਪਿੰਡ ਦਤਾਰਪੁਰ 'ਚ ਗੱਲ ਕਰਾਂਗੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੇ ਬਾਰੇ ਕਿ ਕਿੱਦਾਂ ਦੇ ਹਾਲਾਤ ਰਹੇ ਕਿੱਦਾਂ ਉਸ ਇਹ ਲਹਿਰ 'ਚ ਜੁੜੇ ਕਿੱਦਾਂ ਕਿੱਦਾਂ ਜੋ ਵੀ ਸਾਰੀ ਘਟਨਾਕ੍ਰਮ ਹੈਗਾ ਉਹ ਆਪਾਂ ਗੱਲ ਕਰਾਂਗੇ ਮਾਤਾ ਜੀ ਸਾਡੇ ਨਾਲ ਹੈ ਸਤਿ ਸ਼੍ਰੀ ਅਕਾਲ ਜੀ ਮਾਤਾ ਸਤਿ ਅਕਾਲ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਰਿੰਦਰ ਕੌਰ ਹੈ ਜਿਹੜੇ ਬਲਵਿੰਦਰ ਸਿੰਘ ਜਟਾਣਾ ਉਹ ਨਹੀਂ ਉਹ ਤੁਹਾਡੇ ਸਕੇ ਭਰਾ ਹੈ ਹਾਂਜੀ ਸਕੇ ਭਰਾ ਹੈ ਮੈਂ ਵੱਡੀ ਭੈਣ ਹਾਂ ਉਹ ਮੇਰੇ ਤੋਂ ਛੋਟਾ ਹੈ ਅਤੇ ਉਹ ਕਿੰਨੇ ਪੜ੍ਹੇ ਲਿਖੇ ਸੀਗੇ ਤੁਸੀਂ ਇਕੱਠੇ ਰਹੇ ਤੁਹਾਡੇ ਨਾਲ ਖੇਡਦੇ ਰਹੇ ਹੁਣੇ ਜਰਾ ਪੜ੍ਹਿਆ ਵਾ ਤਾਂ ਉਹਨੇ ਇੰਗਲਿਸ਼ ਦੀ MA ਕਰ ਰਿਹਾ ਤਾਂ ਪੜ੍ਹਿਆ ਤਾਂ ਬਹੁਤ ਆ ਪਿੰਡ ਅਤੇ ਜਟਾਣੇ ਪਿੰਡ 'ਤੇ ਪੰਜਵੀਂ ਤੱਕ ਕਰੀ ਆ ਉਹਨੇ ਅਤੇ ਰੋਪੜ ਉਹਨੇ ਵੇਲੇ ਕਾਲਜ ਔਰ ਹਾਈ ਸਕੂਲ 'ਤੇ ਉਹਨੇ BA 10ਵੀਂ ਔਰ BA ਵੇਲੇ 'ਤੇ ਕਰੀ ਫਿਰ ਰੋਪੜ MA ਕੀਤੀ ਇੰਗਲਿਸ਼ ਦੀ MA ਕਰ ਰਿਹਾ ਇੰਗਲਿਸ਼ ਦੀ ਕਿੰਨੇ ਮੈਂਬਰ ਸੀਗੇ ਪਰਿਵਾਰ ਦੇ ਵਿੱਚ ਤੁਸੀਂ ਵੱਡੇ ਭੈਣ ਆ ਉਹਨਾਂ ਦੇ ਉਹ ਤੁਹਾਡੇ ਤੋਂ ਛੋਟੇ ਸੀਗੇ ਹੋਰ ਕਿੰਨੇ ਮੈਂਬਰ ਸੀ ਅਸੀਂ ਸਾਰੇ ਇਕੱਠੇ ਰਹਿੰਦੇ ਤੇ ਚਾਚਾ ਜੀ ਵੀ ਅਤੇ ਮਾਸੀ ਵਿਆਹੀ ਵੀ ਤੇ ਮੇਰੇ ਚਾਚਾ ਜੀ ਨੂੰ ਅਤੇ ਅਸੀਂ ਤੇ ਦੋਏ ਭੈਣ ਭਰਾ ਮੇਰੇ ਪਿਤਾ ਜੀ ਅਤੇ ਦਾਦੀ ਔਰ ਹੋਰ ਉਹ ਦਾਦੀ ਮਾਸੀ ਚਾਚਾ ਜੀ ਉਹਨਾਂ ਦੇ ਬੱਚੇ ਜਿਵੇਂ ਹੁਣ ਇੱਕਦਮ ਜਿਹੜਾ ਸਿੱਧੂ ਮੂਸੇਵਾਲੇ ਦਾ ਗਾਣਾ ਜਿਹੜਾ ਆਇਆ SYL ਇਹਦੇ ਵਿੱਚ ਇੱਕਦਮ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਨਾਮ ਦੁਬਾਰਾ ਜਿਹੜਾ ਲੋਕਾਂ ਨੂੰ ਪਤਾ ਲੱਗ ਗਿਆ ਤੁਹਾਨੂੰ ਕਿਵੇਂ ਲੱਗਿਆ ਇੱਕਦਮ ਜਦੋਂ ਇਸ ਤੋਂ ਪਹਿਲਾਂ ਜਾਂ ਕਦੇ ਸਿੱਧੂ ਮੂਸੇਵਾਲੇ ਨੇ ਤੁਹਾਡੇ ਘਰ ਆ ਕੇ ਕਦੇ ਕੋਈ ਗੱਲ ਕੀਤੀ ਇੱਦਾਂ ਕੁਛ ਹੋਇਆ ਜਦੋਂ ਜਿਵੇਂ ਇੱਕਦਮ ਨਾਮ ਸਾਹਮਣੇ ਆਇਆ ਤਾਂ ਕਿੱਦਾਂ ਮਹਿਸੂਸ ਕਰਦਾ ਬਹੁਤ ਮਾਣ ਮਹਿਸੂਸ ਹੁੰਦਾ ਆਪਣੇ ਭਰਾ 'ਤੇ ਵੀ ਐਡਾ ਬੜਾ ਨਾਮ ਨਾਲ ਖੱਟ ਗਿਆ ਵੀ ਅਤੇ ਕਿੰਨੇ ਸਾਲਾਂ ਬਾਅਦ ਅੱਜ ਫਿਰ ਬੱਚੇ ਦੀ ਜਵਾਨ 'ਤੇ ਉਹਦਾ ਨਾਮ ਹੈ ਅਤੇ ਜਿੱਥੇ ਮਾਣ ਆ ਤਾਂ ਉੱਥੇ ਇੱਕ ਬਰਾਬਰ ਦੇ ਭੈਣ ਭਾਈ ਦਾ ਚਲੇ ਜਾਣਾ ਦੁੱਖ ਵੀ ਬਹੁਤ ਆ ਦੁੱਖ ਵੀ ਬਹੁਤ ਹੁੰਦਾ ਮਤਲਬ ਚਲੇ ਗਿਆ ਬਰਾਬਰ ਦਾ ਅੱਜ ਹੁੰਦਾ ਅਤੇ ਗੱਲ ਕੁਛ ਹੋਰ ਹੁੰਦੀ ਤਿਉਹਾਰ ਆਉਂਦਾ ਰੱਖੜੀ ਦਾ ਤਿਉਹਾਰ ਆਉਂਦਾ ਬੜੀ ਯਾਦ ਆਉਂਦੀ ਐਂ ਤਾਂ ਹੁਣ ਰੋਜ਼ ਹੀ ਆਉਂਦੀ ਆ ਕੋਈ ਵੀ ਕਾਰ ਵਿਹਾਰ ਹੁੰਦਾ ਕੋਈ ਕੁਛ ਵੀ ਉਹ ਹੁੰਦਾ ਭੈਣ ਭਾਈ ਦੀ ਯਾਦ ਨਾ ਆਵੇ ਤਾਂ ਮਾਮੂਲੀ ਜਿਹੀ ਗੱਲ ਆ ਵੀ ਨਾ ਹੀ ਆਵੇ ਆਉਂਦੀ ਆ ਹਰ ਰੋਜ਼ ਆਉਂਦੀ ਆ ਇਹ ਕੋਈ ਜ਼ਰੂਰੀ ਥੋੜ੍ਹੀ ਨਹੀਂ ਆਉਂਦੀ ਜਦੋਂ ਤੁਹਾਡੇ ਤੋਂ ਛੋਟੇ ਆ ਉਹ ਤੁਸੀਂ ਖੇਡਦੇ ਰਹੇ ਹੋਣੇ ਇਕੱਠੇ ਜਾਂ ਉਹਨਾਂ ਨੂੰ ਖੜਾਉਂਦੇ ਰਹੇ ਹੋਣੇ ਕੋਈ ਇੱਦਾਂ ਦੀ ਗੱਲ ਜਿਹੜੀ ਤੁਹਾਡੇ ਯਾਦ ਬਣ ਕੇ ਰਹਿ ਗਈ ਹੋ ਇੱਦਾਂ ਦੀ ਗੱਲ ਤਾਂ ਬਈ ਜਿਵੇਂ ਮੇਰੇ ਮਾਤਾ ਜੀ ਗੁਜਰੇ ਆ ਮਾਤਾ ਜੀ ਗੁਜਰੇ ਤੋਂ ਬਾਅਦ ਅਸੀਂ ਪਿੰਡ ਆ ਕੇ ਮਤਲਬ ਦਾਖਲ ਕਰਾਇਆ ਮੇਰੇ ਪਿਤਾ ਜੀ ਨੇ ਜਦੋਂ ਮੈਨੂੰ ਉਹਦਾ ਮਤਲਬ ਅਸੀਂ ਭੈਰੋ ਮਾਜਰੇ ਜਦੋਂ ਲੈ ਗਏ ਤੇ ਪਿੰਡ ਵਾਲੇ ਉਹ ਕਹਿੰਦੇ ਤੇ ਵੀ ਚਲੋ ਸਾਡੇ ਪਿੰਡ ਆ ਕੇ ਤੁਸੀਂ ਵੀ ਕੰਮ ਕਾਰ ਕਰੋ
ਅਸੀਂ ਉੱਥੇ ਮਤਲਬ ਮੈਂ ਦੂਸਰੀ 'ਚ ਪੜ੍ਹਦੀ ਤੀ, ਇਹ ਵੀ ਮੇਰੇ ਨਾਲ ਚਲੇ ਜਾਂਦਾ ਤਾ, ਮੇਰੇ ਕੋਲੇ ਬਹਿ ਜਾਂਦਾ ਤਾ। ਉਸ ਟਾਈਮ ਤਾਂ ਕੋਈ ਟੀਚਰ ਕਹਿੰਦਾ ਨਹੀਂ ਤਾਂ ਹੁੰਦਾ, ਉਹ ਵੀ ਉਹ ਤਾਂ ਵੀ ਚੱਲ ਕੋਈ ਨਹੀਂ, ਬੈਠੇ ਬੈਠੇ ਬਸ। ਫਿਰ ਉਹਨੂੰ ਇਹ ਤਾਂ ਵੀ ਮੈਂ ਜਦੋਂ ਇੱਥੇ ਆ ਕੇ ਦਾਖਲ ਕਰਾਇਆ ਉਹਨੂੰ, ਅਤੇ ਮੈਨੂੰ ਤਾਂ ਹੁਣ ਦੂਜੀ ਵਿੱਚ ਦਾਖਲ ਕਰਵਾ ਤਾ, ਉਹਨੂੰ ਫਿਰ ਪਹਿਲੀ ਵਿੱਚ ਦਾਖਲ ਕਰਾਇਆ, ਕੱਚੀ ਪਹਿਲੀ 'ਚ। ਤਾਂ ਮੈਨੂੰ ਬਸ ਇਹੀ ਕਹੀ ਜਾਂਦਾ ਹੁੰਦਾ ਤਾ, ਮੈਂ ਨਾ ਸਿੰਦਰ ਦੇ ਬਰਾਬਰ ਤਾ, ਅਸੀਂ ਦੋਵੇਂ ਭੈਣ ਭਾਈ ਬਰਾਬਰ ਜੇ ਅਤੇ ਇੱਕ ਦੂਜੇ ਦਾ ਨਾਂ ਹੀ ਲੈਂਦੇ, ਅਤੇ ਮੈਨੂੰ ਮੈਂ ਨਾ ਸਿੰਦਰ ਦੇ ਨਾਲ ਬਰਾਬਰ ਤਾ, ਮੈਨੂੰ ਪਿਤਾ ਜੀ ਨੇ ਫੇਲ ਕਰਵਾ ਤਾ। ਇਹ ਜਾ ਕੇ ਕਹਿ ਕੇ ਆਇਆ, ਜਦ ਕਿ ਪਿਤਾ ਜੀ ਤਾਂ ਨਾਂ ਦਾਖਲ ਕਰਾ ਕੇ ਆਏ, ਅਤੇ ਕਹੀ ਜਾਂਦਾ ਤਾ ਇਹ ਮੈਨੂੰ ਫੇਲ ਕਰਵਾ ਕੇ ਆਇਆ। ਪਿਤਾ ਜੀ ਨੂੰ ਕਹੀ, ਪਿਤਾ ਜੀ ਨੇ ਮੈਨੂੰ ਫੇਲ ਕਰਵਾ ਤਾ, ਮੈਨੂੰ ਪਿੱਛੇ ਕਰਵਾ ਤਾ। ਉਹ ਮਤਲਬ ਇੱਕ ਯਾਦ ਏ ਰਹਿੰਦੀ ਤੀ, ਅਸੀਂ ਬਹੁਤ ਦੇਰ ਤੱਕ ਉਹਨੂੰ ਕਹਿਣਾ ਵੀ ਤੂੰ ਐਂ ਕਹਿੰਦਾ ਹੁੰਦਾ ਤਾ। ਮਤਲਬ ਇਹ ਦੱਸੋ ਵੀ ਜਦੋਂ ਕਦੇ ਉਹਨਾਂ ਨੇ ਘਰ 'ਚ ਕਦੇ ਪਰਿਵਾਰ 'ਚ ਇੱਦਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਐਸ ਵਾਈ ਐਲ ਦੇ ਮੁੱਦੇ ਨੂੰ ਲੈ ਕੇ ਉਸ ਐ ਲਹਿਰ 'ਚ ਜੁੜੇ, ਜਾਂ ਤੁਹਾਨੂੰ ਕੋਈ ਇੱਦਾਂ ਲੱਗਦਾ ਰਹਿੰਦਾ ਸੀ ਜਾਂ ਕੋਈ ਇੱਦਾਂ ਦੀ ਗੱਲ? ਨਹੀਂ ਨਹੀਂ, ਪਹਿਲਾਂ ਤਾਂ ਕੋਈ ਉਹ ਨਹੀਂ ਤਾਂ ਹੈਗਾ। ਪਹਿਲਾਂ ਦੇਖ ਲਓ ਅੰਮ੍ਰਿਤ ਛਕਿਆ ਵਾ ਤਾਂ ਗੁਰਮਤ ਕਲਾਸਾਂ ਵੀ ਬੱਚਿਆਂ ਦੀਆਂ ਲਾਉਂਦਾ ਤਾ, ਬੜਾ ਕਹਿੰਦੇ ਹੁੰਦੇ ਗਿਆਨੀ ਧਿਆਨੀ ਤਾਂ ਇਹੀ ਜੀ ਉਹ ਨਹੀਂ, ਮਤਲਬ ਕੰਮ ਵੀ ਇਹ ਨਹੀਂ ਤਾਂ ਵੀ ਇਕੱਲੇ ਵੀ ਪੜ੍ਹਾਈ 'ਚ ਪੜ੍ਹਾਈ ਵਿੱਚ ਵੀ ਤਾਂ ਆਪਣੇ ਧਾਰਮਿਕ ਰੁਚੀ ਵੀ ਤੀ, ਅਤੇ ਖੇਤਾਂ ਦਾ ਵੀ ਸਾਰਾ ਕੰਮ ਕਾਰ ਕਰਵਾਉਣਾ, ਖੇਤੀਬਾੜੀ ਕਰਦੇ ਅਤੇ ਘਰ ਦੇ ਖੇਤੀਬਾੜੀ ਵਿੱਚ ਵੀ ਜਾਣਾ, ਕਾਕੁੰਡਾ ਵੀ ਨਾਲ ਕਰਵਾਉਣਾ, ਕਹਿੰਦੇ ਹੁੰਦੇ ਕਣਕ ਨੂੰ ਕਹਿ ਜੀਰੀ ਨੂੰ ਕਹਿ, ਸਭ ਨੇ ਕੰਮ ਕਰਨੇ ਤੇ ਸਾਰਾ ਕੰਮ ਕਰਦਾ ਤਾ। ਖੇਤਾਂ ਦਾ ਵੀ ਕੋਈ ਹੈ ਹੀ ਨਹੀਂ ਦਾ ਉਹਨੂੰ ਵੀ ਮੈਂ ਆਹ ਕੰਮ ਨਹੀਂ ਕਰਨਾ, ਜਿਵੇਂ ਕਹਿੰਦੇ ਹੁੰਦੇ ਕੋਈ ਰੱਬੀ ਰੂਹ ਜੀ ਉਹ ਹੁੰਦੀ ਆ ਵੀ ਕਿਸੇ ਨਾਲ ਬੋਲਣਾ ਨਹੀਂ ਔਖਾ ਹੋ ਕੇ, ਪਿਆਰ ਪ੍ਰੇਮ ਪਿਆਰ ਨਾਲ ਬੋਲਣਾ, ਬੜਿਆਂ ਨਾਲ ਵੀ ਛੋਟੇ ਬੱਚਿਆਂ ਨਾਲ ਵੀ ਬਰਾਬਰ ਦੇ ਨਾਲ, ਤਾਂ ਭਲਾ ਮੈਂ ਕਹਿੰਦੀ ਪਤਾ ਹੀ ਨਹੀਂ ਉਹਦੇ ਕਿੰਨੇ ਸੰਗੇ ਸਾਥੀ ਹੋਣੇ ਆ ਬਈ ਬਰਾਬਰ ਦਿਆਂ ਨਾਲ ਵੀ ਇਹੀ ਜੀ ਉਹਦੀ ਮਤਲਬ ਕਿ ਉਹਤੀ ਜਿਵੇਂ ਕਹਿੰਦੇ ਹੁੰਦੇ ਕੋਈ ਰੱਬੀ ਉਹ ਰੂਹ ਹੁੰਦੀ ਆ ਬਈ ਸਭ ਨਾਲੇ ਆ। ਜਦੋਂ ਉਹਨਾਂ ਨੂੰ ਤੁਹਾਨੂੰ ਕਿਵੇਂ ਪਤਾ ਲੱਗਿਆ ਕੁਛ ਜਦੋਂ ਉਸ ਲਹਿਰ ਦੇ ਨਾਲ ਜੁੜੇ, ਤਸ਼ੱਦਦ ਵੀ ਹੋਏ ਹੋਣੇ ਪਰਿਵਾਰ ਨਾਲ? ਲਹਿਰ ਦੇ ਨਾਲ ਜਦੋਂ ਜੁੜਿਆ ਹੈ ਉਸ ਟਾਈਮ ਇਹ ਬੀ ਏ ਕਰ ਕਹਿੰਦਾ ਐੱਮ ਏ ਕਰ ਰਿਹਾ ਸੀ ਇੰਗਲਿਸ਼ ਦੀ, ਅਤੇ ਉੱਥੇ ਰਹਿੰਦਾ ਹੁੰਦਾ ਸੀ ਇਹ ਰੋਪੜ, ਕਮਰਾ ਲੈ ਕੇ ਕਿਰਾਏ 'ਤੇ। ਫਿਰ ਇਹਨੂੰ ਪੁਲਿਸ ਲੈ ਗਈ ਆ ਉੱਥੇ, ਅਤੇ ਕਹਿੰਦੇ ਆ ਵੀ ਕੋਈ ਆ ਕੇ ਰਿਹਾ ਇਹਦੇ ਕੋਲ ਵੀ ਰਾਤ ਕੱਟ ਗਿਆ, ਪਤਾ ਨਹੀਂ ਹੁਣ ਕੌਣ ਰਾਤ ਕੱਟ ਗਿਆ ਕੌਣ ਨਹੀਂ, ਫਿਰ ਪੁਲਿਸ ਲੈ ਗਈ ਆ। ਫਿਰ ਉੱਥੇ ਜਾਣੀ ਸੋਚਦੇ ਆ ਘਰ ਦੇ ਵੀ ਇਹ ਹਰੇਕ ਹਫ਼ਤੇ ਆਉਂਦਾ ਵੀ ਹੁਣ ਆਇਆ ਹੀ ਨਹੀਂ ਹੈਗਾ, ਇਸ ਵਾਰੀ ਵੀ ਚਲੋ ਪਤਾ ਕਰਦੇ ਹਾਂ ਵੀ ਕਿਉਂ ਨਹੀਂ ਆਇਆ ਹੈਗਾ, ਅਜੇ ਸੋਚਦੇ ਹੀ ਅਤੇ ਜਦੋਂ ਫਿਰ ਆ ਵੀ ਗਿਆ ਇਹ ਵੀ ਚੱਲ ਜਾ ਕੇ ਆਉਂਦੇ ਹਾਂ ਤਿਆਰ ਹੁੰਦੇ ਹੀ ਅਤੇ ਜਾਣੇ ਨੂੰ ਆ ਗਿਆ। ਫਿਰ ਆ ਕੇ ਫਿਰ ਦੁਬਾਰਾ ਫਿਰ ਚਲੇ ਗਿਆ ਆਪਣਾ ਪੜ੍ਹਾਈ ਭਰੇ, ਕਮਰਾ ਬਦਲ ਕੇ ਲੱਗ ਗਿਆ ਰਹਿਣ। ਜਦੋਂ ਕਮਰਾ ਬਦਲ ਕੇ ਲੱਗਿਆ ਰਹਿਣ ਫਿਰ ਪੁਲਿਸ ਲੱਗ ਗਈ ਘਰ ਪਰ ਗੇੜੇ ਮਾਰਨ, ਪੁਲਿਸ ਘਰ ਗੇੜੇ ਮਾਰਨ ਲੱਗ ਗਈ ਪਰਿਵਾਰ ਦੇ ਵਿੱਚ, ਜਿਵੇਂ ਤੁਹਾਡੇ ਬਜ਼ੁਰਗ ਉਹਨਾਂ ਨੇ ਪੁੱਛਿਆ ਵੀ ਹੋਣਾ ਵੀ ਇਹ ਕੀ ਗੱਲ ਹੈ ਕਿਉਂ? ਉਹਨੂੰ ਪੁੱਛਿਆ ਵੀ ਕਿਆ ਗੱਲ ਆ ਵੀ ਭਾਈ ਪੁਲਿਸ ਗੇੜੇ ਮਾਰਦੀ ਆ ਵੀ ਉਹ ਆ, ਤਾਂ ਕਹਿੰਦਾ ਵੀ ਪੁਲਿਸ ਵੀ ਮੈਨੂੰ ਤਾਂ ਐਂ ਕਰਕੇ ਐਂ ਲੈ ਗਈ ਤੀ, ਫੜ ਕੇ ਲੈ ਗਈ ਤੀ ਵੀ ਮੈਨੂੰ ਵੀ ਹੁਣ ਨਹੀਂ ਵੀ ਮੈਂ ਇਹਨਾਂ ਦੇ ਹੱਥ ਆਉਣਾ ਹੈਗਾ, ਕਹਿੰਦੇ ਹੁਣ ਤਾਂ ਮੈਨੂੰ ਇਹਨੇ ਮਾਰ ਦੇਣਾ। ਉਹਨਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਪਤਾ ਕਿ ਇੱਦਾਂ ਦੀ ਕੋਈ ਘਟਨਾ ਹੋਊਗੀ, ਬਈ ਹੁਣ ਵੀ ਹੁਣ ਤਾਂ ਮੈਨੂੰ ਇਹਨਾਂ ਨੇ ਮਾਰ ਦੇਣਾ ਵੀ ਹੁਣ ਨਹੀਂ ਮੈਂ ਜਾਣਾ ਵੀ ਮੈਂ ਤਾਂ ਹੁਣ ਸੰਘਰਸ਼ ਵਿੱਚ ਜਾਣਾ। ਫਿਰ ਪਿਤਾ ਜੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲਬਾਤ ਕਰ ਲੈਂਦੇ ਹਾਂ ਵੀ ਪੁੱਛ ਲੈਂਦੇ ਹਾਂ ਵੀ ਭਾਈ ਕਿਆ ਉਹ ਆ ਵੀ ਤੂੰ ਪੇਸ਼ ਹੋ ਜਾ, ਮੰਨਿਆ ਨਹੀਂ ਫਿਰ ਪੇਸ਼ ਹੋਣਾ, ਕਹਿੰਦਾ ਨਹੀਂ ਜੇ ਤੁਸੀਂ ਮੈਨੂੰ ਪੇਸ਼ ਕਰਾਉਣਾ ਫਿਰ ਤੁਸੀਂ ਮੈਨੂੰ ਮਰਵਾਉਣਾ ਹੀ ਆ, ਜੇ ਤੁਸੀਂ ਮੈਨੂੰ ਮਰਵਾਉਣਾ ਫਿਰ ਮੈਨੂੰ ਸੰਘਰਸ਼ ਵਿੱਚ ਜਾਣ ਦਿਉ ਵੀ ਉੱਦਾਂ ਹੀ ਵੀ ਮੇਰੀ ਉਹ ਹੋਣੀ ਆ ਵੀ ਹੋਣਾ ਹੀ ਆ। ਫਿਰ ਪਿਤਾ ਜੀ ਕਹਿੰਦੇ ਵੀ ਸੰਘਰਸ਼ ਵਿੱਚ ਜੁੜਨ ਦੀਆਂ ਵੀ ਬਹੁਤ ਉਹ ਹੁੰਦੀਆਂ, ਸੰਘਰਸ਼ ਨਾਲ ਜੁੜੂੰਗਾ ਵੀ ਬਹੁਤ ਕਹਿੰਦੇ ਹੁੰਦੇ ਔਖਿਆਈ ਔਖਿਆਈ ਆਉਂਦੇ, ਦਿੱਕਤਾਂ ਬਹੁਤ ਹੋਣੀਆਂ, ਤੈਨੂੰ ਵੀ ਭੁੱਖੇ ਰਹਿਣਾ ਪੈਣਾ, ਕਹਿੰਦੇ ਕੋਈ ਨਹੀਂ ਹੁਣ ਜਦ ਸੰਘਰਸ਼ ਨਾਲ ਜੁੜ ਗਏ ਬਸ ਜੁੜ ਗਏ। ਫਿਰ ਪਿਤਾ ਜੀ ਕਹਿੰਦੇ ਵੀ ਸਾਨੂੰ ਵੀ ਕੋਈ ਇਹੀ ਜਿਹੀ ਉਹ ਨਾ ਆਵੇ ਵੀ ਤੂੰ ਕਹਿ ਕੇ ਸੰਘਰਸ਼ ਦਾ ਨਾਂ ਵੀ ਕਿਤੇ ਹੋਰਨਾਂ ਵਿੱਚ ਚਲੇ ਜਾਵੇ, ਲੁੱਟਾਂ ਖੋਹਾਂ 'ਚ ਚਲੇ ਜਾਵੇ, ਹੋਰ ਵਿੱਚ ਆ ਜਾਵੇ, ਵੀ ਸਾਨੂੰ ਕੋਈ ਉਲਾਂਭਾ ਨਹੀਂ ਆਉਣਾ ਚਾਹੀਦਾ, ਕਲੰਕ ਨਹੀਂ, ਜੇ ਸੁੱਚੇ ਸੱਚੀ ਉਹਦੇ ਨਾਲ ਸ਼ਰਧਾ ਨਾਲ ਜਾਣਾ
ਆਪਣਾ ਕੋਈ ਗੱਲ ਨਹੀਂ, ਫਿਰ ਤੂੰ ਜਾ ਵੀ ਮੇਰੇ ਵੱਲ ਤੇ ਤੂੰ ਆਜ਼ਾਦ ਆ। ਮਤਲਬ ਪਿਤਾ ਜੀ ਨੇ ਬੜੇ ਮਾਣ ਦੇ ਨਾਲ ਕਿਹਾ ਵੀ ਅਗਰ ਤੂੰ ਆਪਣੀ ਸ਼ਰਧਾ ਦੇ ਨਾਲ ਜਾਣਾ ਚਾਹੁੰਦਾ ਤਾਂ ਤੂੰ ਇਸ ਕੰਮ ਨੂੰ ਸਿਰੇ। ਹਾਂਜੀ, ਪਿਤਾ ਜੀ ਨੇ ਫਿਰ ਕਹਿ ਦਿੱਤਾ ਨਾ, ਫਿਰ ਜਦ ਉਹ ਕਹਿੰਦਾ ਵੀ ਮੈਨੂੰ ਤਾਂ ਮਾਰ ਹੀ ਦੇਣਾ ਇਹਨਾਂ ਨੇ, ਬਈ ਕਿਉਂ ਨਾ ਮੈਂ ਲੜ ਕੇ ਮਾਰਾਂ। ਜਦੋਂ ਪਿਤਾ ਜੀ ਨੇ ਸਮਝਾਉਂਦੇ ਤੇ ਮਤਲਬ ਬਹੁਤ ਗੱਲਾਂ ਕਹੀਆਂ, ਫਿਰ ਪਿਤਾ ਜੀ ਕਹਿੰਦੇ ਵੀ ਕੋਈ ਗੱਲ ਨਹੀਂ, ਵੀ ਜਦ ਫਿਰ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਹੋਣਾ ਪੇਸ਼, ਵੀ ਮੈਂ ਤਾਂ ਉਹੀ ਨਹੀਂ। ਫਿਰ ਪਿਤਾ ਜੀ ਕਹਿੰਦੇ ਮੇਰੇ ਵੱਲ ਤਾਂ ਫਿਰ ਤੂੰ ਆਜ਼ਾਦ ਆ, ਕੋਈ ਗੱਲ ਨਹੀਂ, ਫਿਰ ਤੂੰ ਆਪਣਾ ਜੋ ਤੇਰਾ ਮਨ ਕਰਦਾ ਕਰ ਲਾ, ਪਰ ਮੈਨੂੰ ਉਲਾਂਭਾ ਨਹੀਂ ਆਉਣਾ, ਵੀ ਕੋਈ ਜੋ ਹੈਗਾ ਉਹ ਬਣ ਕੇ ਦਿਖਾਈ ਫਿਰ ਤੂੰ। ਬੜੀ ਦਿੱਕਤ ਵੀ ਆਈ ਹੋਣੀ ਆ ਬਾਅਦ ਵਿੱਚ, ਤੁਹਾਨੂੰ ਪਰਿਵਾਰ ਨੂੰ ਵੀ ਪਰੇਸ਼ਾਨੀ ਆਈ ਹੋਣੀ, ਫਿਰ ਬਾਅਦ ਵਿੱਚ ਜਦੋਂ ਉਹਨਾਂ ਦਾ ਖੁਲਾਸਾ। ਜੀ ਪਰੇਸ਼ਾਨੀ ਤਾਂ ਫਿਰ ਰੋਜ਼ੇ, ਪੁਲਿਸ ਤਾਂ ਫਿਰ ਰੋਜ਼ੇ ਆਉਂਦੀ ਤੀ, ਫਿਰ ਰੋਜ਼ੇ ਕਹਿੰਦੀ ਤੀ ਵੀ ਸਾਨੂੰ ਪੇਸ਼ ਕਰੋ ਜੀ, ਪੇਸ਼ ਕਰੋ ਜੀ। ਫਿਰ ਅਸੀਂ ਤਾਂ ਫਿਰ ਕਹਿ ਦਿੱਤਾ ਤਾਂ ਵੀ ਸਾਡੇ ਕੋਲ ਹੈ ਨਹੀਂ ਉਹ, ਵੀ ਅਸੀਂ ਤਾਂ ਵੀ ਹੁਣ ਉਹ ਤਾਂ ਚਲੇ ਗਿਆ ਸੰਘਰਸ਼ ਵਿੱਚ, ਆਪਣਾ ਤੁਸੀਂ ਆਪ ਲੱਭੋ, ਇਹ ਤੁਹਾਡਾ ਕੰਮ ਆ, ਵੀ ਸਾਨੂੰ ਕਿਆ ਪਤਾ, ਹੁਣ ਅਸੀਂ ਤਾਂ ਘਰ ਵਿੱਚ ਬੈਠੇ ਹਾਂ। ਉਸ ਟਾਈਮ ਕਿਹੜੇ ਫੋਨ ਹੁੰਦੇ ਤੇ, ਨਾ ਕੋਈ ਮੋਬਾਈਲ ਤਾਂ ਕੋਈ ਨਾ ਫੋਨ, ਤੇ ਹੁਣ ਤਾਂ ਫੋਨਾਂ ਪਰ ਸੰਪਰਕ ਹੋ ਜਾਂਦੇ ਆ। ਬਈ ਅਸੀਂ ਕਿਹਾ ਵੀ ਸਾਨੂੰ ਨਹੀਂ ਪਤਾ ਹੈਗਾ ਵੀ ਹੁਣ ਕਿੱਥੇ ਆ ਕਿੱਥੇ ਨਹੀਂ ਹੁਣ। ਮੈਂ ਫਿਰ ਰੋਜ਼ ਪੁਲਿਸ ਆਉਂਦੀ ਤੀ, ਰੋਜ਼ ਗੇੜੇ ਮਾਰਦੀ ਤੀ, ਉਹ ਕਰਦੀ ਤੀ, ਬਸ ਫਿਰ ਪੁਲਿਸ ਲੈ ਜਾਂਦੀ ਤੀ ਪਿਤਾ ਜੀ ਉਹਨਾਂ ਨੂੰ ਲੈ ਜਾਣਾ, ਕਦੇ ਕਿਸੇ ਨੂੰ ਲੈ ਜਾਣਾ, ਸਾਰੇ ਰਿਸ਼ਤੇਦਾਰਾਂ ਨੂੰ ਵੀ ਇੱਕ ਵਾਰ ਤਾਂ ਮਤਲਬ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਕੱਠੇ ਕਰਿਆ। ਫਿਰ ਪੁਲਿਸ ਦਾ ਮਤਲਬ ਆਖਣਾ ਹੀ ਵਾਹ ਪੈ ਗਿਆ। ਫਿਰ ਕਹਿੰਦੇ ਹੁੰਦੇ ਪਿਤਾ ਜੀ ਨੇ ਵੀ ਜੇ ਕਿਤੇ ਪਤਾ ਲੱਗਦਾ ਤਾਂ ਵੀ ਕੋਈ ਕਾਂਡ ਹੋ ਗਿਆ, ਗੋਲੀ ਚੱਲ ਪਈ, ਹੋਰ ਚੱਲ ਪਈ, ਬਸ ਇਹ ਤਾਂ ਕਦੇ ਸੋਚੀਦਾ ਨਹੀਂ ਤਾਂ ਵੀ ਕਿਹਨੇ ਚਲਾਈ ਗੋਲੀ, ਕਿਹਨੇ ਨਹੀਂ ਚਲਾਈ, ਬਸ ਇਹੀ ਹੁੰਦਾ ਤਾਂ ਵੀ ਫਲਾਣੀ ਜਗ੍ਹਾ ਕੋਈ ਕਾਂਡ ਹੋ ਗਿਆ, ਗੋਲੀ ਚੱਲ ਪਈ, ਤਾਂ ਵੀ ਦੇ ਕਹਿਣਾ ਵੀ ਲੈ ਵੀ ਹੁਣ ਤਾਂ ਪੁਲਿਸ ਵਾਲਿਆਂ ਨੇ ਆ ਜਾਣਾ। ਬਈ ਲਿਆ ਮੈਂ ਕੱਪੜੇ ਹੀ ਬਦਲ ਲਵਾਂ ਆਪਣੇ, ਮੈਂ ਫਿਰ ਆ ਜਾਣਾ। ਕਿੱਦਾਂ ਦੀ ਭਾਵਨਾ ਹੁੰਦੀ ਤੀ, ਇੱਕ ਡਰ ਦਾ ਮਾਹੌਲ ਵੀ ਬਣ ਜਾਂਦਾ ਹੋਣਾ ਕਿ ਵੀ ਹੁਣ ਪੁਲਿਸ ਆਊਗੀ ਜਾਂ ਕੋਈ ਹੋਰ ਇੱਦਾਂ ਦੀ ਗੱਲ? ਕੋਈ ਬਸ ਉਸ ਟਾਈਮ ਡਰ ਤਾਂ ਹੁੰਦਾ ਹੀ ਤਾਂ, ਵੀ ਕਿਆ ਪਤਾ ਹੁਣ ਵੀ ਕਿਆ ਹੋਣਾ, ਡਰ ਵੀ ਤਾਂ ਡਰ ਹੈ ਵੀ ਨਹੀਂ ਤਾਂ ਮਤਲਬ ਇਹ ਨਾ ਕੁਛ ਰੱਬੀ ਉਹ ਹੋ ਜਾਂਦੀ ਆ, ਪਰਮਾਤਮਾ ਵੱਲ ਤਾਂ ਹੀ ਕੋਈ ਹੁੰਦੀ ਆ ਇਹ ਸ਼ਕਤੀ, ਮਤਲਬ ਪਤਾ ਨਹੀਂ ਲੱਗਦਾ ਵੀ ਡਰ ਸਾਨੂੰ ਜਾਂ ਨਹੀਂ ਡਰ, ਇਹਨੂੰ ਇੰਨਾ ਡਰ ਵੀ ਹੈ ਨਹੀਂ ਤਾਂ ਕੋਈ। ਹੁਣ ਮੇਰੇ ਵਰਗੀ ਤਾਂ ਉੱਥੇ ਜਾਣਾ ਉਰੇ ਕਹਿ ਕੇ ਵੀ ਮੈਂ ਜਾਂ ਬੱਚੇ ਛੋਟੇ ਹੁੰਦੇ ਆ, ਜਦ ਧੀਆਂ ਨੂੰ ਹੁੰਦਾ ਹੀ ਆ ਚੱਲ ਪਿਓ ਕਹੀ ਜਾਏ, ਉਹ ਜਿੱਦਣ ਤਾਂ ਪੜ੍ਹਨ ਲੱਗ ਗਏ ਉੱਦਣ ਤਾਂ ਫਿਰ ਕੋਈ ਜਾਂਦਾ ਹੀ ਨਹੀਂ, ਜਿੱਦਣ ਨਹੀਂ ਪੜ੍ਹਨ ਲੱਗੇ ਵੀ ਜੇ ਦੋ ਦਿਨ ਕਹਿ ਕੇ ਗਈ ਆ ਚਾਰ ਦਿਨ ਲਾਏ ਉਹਨੇ, ਹੁੰਦਾ ਹੀ ਆ ਵੀ ਦੋ ਦਿਨ ਕਹੇ ਆ ਲੈ ਹੁਣ ਚਾਰ, ਘਰਦਿਆਂ ਨੇ ਕਹਿਣਾ ਲੈ ਦੋ ਦਿਨ ਹੋਰ ਲਾ ਜਾ, ਦੋ ਦਿਨ ਹੋਰ ਲਾ ਜਾ, ਕਰਦੇ ਕਰਦੇ ਭਾਵੇਂ ਹਫ਼ਤਾ ਹੀ ਲਾਇਆ ਆਉਣਾ। ਕੋਈ ਇਹੀ ਜਿਹੇ ਹੈ ਨਹੀਂ ਤੀ ਵੀ ਕੋਈ ਉਹ ਹੋਊਗਾ, ਬਸ ਆਉਂਦੇ ਤੇ ਪੁਲਿਸ ਵਾਲੇ ਵੀ ਆਉਣਾ, ਉਹਨਾਂ ਨੇ ਮਤਲਬ ਆਉਂਦੇ ਤੇ ਬਹੁਤ ਇਕੱਠੇ ਹੋ ਕੇ ਆਉਂਦੇ ਤੇ, ਕੋਈ ਇੱਧਰ ਜਾਣਾ ਕੋਈ ਉੱਧਰ ਜਾਣਾ, ਫਿਰ ਬਾਅਦ ਵੀ ਤੇ ਉਹਨਾਂ ਨੇ ਅੰਦਰ ਵੜਨਾ। ਤੁਸੀਂ ਕਿੱਥੇ ਰਹੇ ਇਸ ਜਿਹੜਾ ਘਟਨਾਕ੍ਰਮ ਦੇ ਦੌਰਾਨ, ਫਿਰ ਤੁਸੀਂ ਕਿਵੇਂ ਆਪਣਾ ਬਤੀਤ ਕੀਤਾ? ਮੈਂ ਜੀ ਪਹਿਲਾਂ ਪਿੰਡੇ ਰਹਿੰਦੀ ਤੀ, ਫਿਰ ਹੌਲੀ ਹੌਲੀ ਪਿੰਡ ਛੱਡ ਕੇ ਫਿਰ ਮੋਰਿੰਡੇ ਚਲੀ ਗਈ, ਫਿਰ ਮੋਰਿੰਡੇ ਜਦ ਅਸੀਂ ਗਏ ਆ ਮੋਰਿੰਡੇ ਗਏ ਆ ਜਿਹੜਾ ਹੁਣ ਤਾਂ ਉਹ ਸਰਪੰਚ ਹੈ ਨਹੀਂ, ਮਤਲਬ ਕਿ ਪਿੰਡ ਦੇ ਨਹੀਂ ਕਿਸੇ ਬੰਦੇ ਨੇ ਨਾ ਸਾਨੂੰ ਮਤਲਬ ਕਹਿ ਤਾ ਵੀ ਤੁਸੀਂ ਇੱਥੇ ਤਾਂ ਛੱਡ ਕੇ ਚਲੇ ਜਾਓ, ਹੁਣ ਬਈ ਕੋਈ ਕਾਫੀ ਉਹੀ ਹੋਣੇ ਵਾਲਾ ਬਈ ਤੁਹਾਡੇ ਪਰ ਕੋਈ ਬੀਤਾ ਹੀ ਆਊਗਾ ਹੁਣ ਸੰਕਟ, ਬਈ ਤੁਸੀਂ ਜਾਏ ਆਓ। ਫਿਰ ਅਸੀਂ ਉੱਥੇ ਤਾਂ ਛੱਡ ਕੇ ਜੀ ਗਏ ਅਤੇ ਥੋੜ੍ਹੇ ਦਿਨ ਹੋਏ ਅਤੇ ਜਦੇ ਆਹ ਘਟਨਾਕ੍ਰਮ ਹੋ ਗਈ, 10 ਕੁ ਦਿਨ ਹੋਏ ਤਾਂ ਛੱਡ ਕੇ ਗਿਆ ਨੂੰ, ਜਦੇ ਆ ਪਿੱਛੇ ਤੇ ਕਹਿੰਦੇ ਹੁੰਦੇ ਪਰਿਵਾਰ ਨੂੰ ਸਾਰੇ ਨੂੰ ਉਹ ਕਰਤਾ। ਜਰਾ ਦਰਸ਼ਕਾਂ ਨੂੰ ਜਰਾ ਜਾਣਕਾਰੀ ਦਿਓ ਕਿ ਉਹ ਘਟਨਾ ਹੋਈ ਕਿੱਦਾਂ ਸੀ? ਇਹ ਤਾਂ ਜੀ ਹੁਣ ਤੜਕੇ ਨੂੰ ਗਏ ਆ ਵਿੱਚੇ ਪੁਲਿਸ ਵਾਲੇ ਅਤੇ ਵਿੱਚੇ ਨਾਂਗ ਪੁੱਲ, ਤਾਂ ਸਾਰੇ ਕਹਿੰਦੇ ਹੁੰਦੇ ਇਕੱਠੇ ਹੋ ਕੇ ਗਏ ਆ, ਇਕੱਠੇ ਹੋ ਕੇ ਜਾ ਕੇ ਪਹਿਲਾਂ ਤਾਂ ਪਿੰਡ ਵਿੱਚ ਇੰਨੀ ਦਹਿਸ਼ਤ ਫੈਲ ਗਈ ਤੀ ਵੀ ਕੋਈ ਦੱਸਣੇ ਨੂੰ ਨਹੀਂ ਤਾਂ ਤਿਆਰ ਵੀ ਕੌਣ ਆਇਆ ਕੌਣ ਨਹੀਂ, ਹੁਣ ਹੌਲੀ ਹੌਲੀ ਦੱਸਦੇ ਆ ਵੀ ਪੁਲਿਸ ਵੀ ਤੀ, ਗੱਡੀਆਂ ਆਈਆਂ ਬਈ ਨਿਹੰਗ ਬਾਣੇ ਵਿੱਚ ਵੀ ਤੇ ਬਈ ਬਹੁਤ ਉਹ ਤੇ ਆਏ, ਉਹਨਾਂ ਨੇ ਆ ਕੇ ਜਿਵੇਂ ਮਤਲਬ ਐਂ ਦੋ ਦਰਵਾਜ਼ੇ 'ਤੇ ਸਾਡੇ ਘਰ ਦੇ ਦਰਵਾਜ਼ਾ ਖੋਲ੍ਹਿਆ ਮੇਰੀ ਮਾਸੀ ਨੇ,
ਉਹਨਾਂ ਨੇ ਦਰਵਾਜ਼ਾ ਖੋਲ੍ਹਦੀ ਸਾਰੇ ਗੋਲੀਆਂ ਚਲਾਤੀਆਂ। ਉਹ ਉੱਥੇ ਦਰਵਾਜ਼ੇ ਵਿੱਚੇ ਗਿਰ ਗਈ ਅਤੇ ਭੈਣ ਉੱਠੀ ਉਹਨੇ ਗੋਲੀ ਚੱਲਦੀ ਸੁਣ ਕੇ ਉਹਦੇ ਮਤਲਬ ਇੱਥੇ ਗੋਲੀ ਵੱਜੀ ਵੀ ਤੀ ਇੱਥੇ ਉਹਨੂੰ ਵੀ ਐਂ ਉਹਦੇ ਵਾਲ ਐਂ ਉੱਪਰ ਨੂੰ ਉੱਠੇ ਵੇ ਅਤੇ ਮਤਲਬ ਐਂ ਪਤਾ ਲੱਗਦਾ ਤਾ ਵੀ ਇੱਥੇ ਵਾਲਾਂ 'ਚ ਜਿਵੇਂ ਐਂ ਫੜ ਕੇ ਮਾਰੀ ਹੁੰਦੀ ਉਹ ਇੱਕਣਾ ਹੀ ਬਸ ਪਈ ਤੀ ਉੱਥੇ ਉਹ ਬੈਠੀ ਤੇ ਮਤਲਬ ਜਿਕਣਾ ਮਤਲਬ ਜਾਂ ਗੋਲੀ ਮਾਰਦੇ ਆ ਵਾਲਾਂ 'ਤੇ ਫੜਦੇ ਆ ਇੱਕਣਾ ਬੈਠ ਨਹੀਂ ਜਾਂਦਾ ਬੱਚਾ ਇੱਕਣਾ ਮਤਲਬ ਉਹ ਕਰਦੇ। ਚਾਰ ਮੈਂਬਰ ਤੇ ਮੇਰਾ ਬੇਟਾ ਤਾਂ 5.5 ਸਾਲ ਦਾ ਉਹਨੂੰ ਔਰ ਮੇਰੀ ਦਾਦੀ ਨੂੰ ਬੈੱਡ ਪਰ ਬੈਠਿਆ ਪਿਆ ਗੋਲੀ ਮਾਰਦੀ ਦਾਦੀ ਮੇਰੀ ਬੈਠੀ ਤੀ ਬੇਟਾ ਹੁਣ ਪਤਾ ਨਹੀਂ ਬੈਠਾ ਤੱਕ ਪਿਆ ਤਾਂ ਉੱਠਿਆ ਤਾਂ ਉਹ ਵੀ ਹੋਣਾ ਹੀ ਆ ਕਹਿੰਦੇ ਹੁੰਦੇ ਬਸ ਉਹਨਾਂ ਨੇ ਬਾਹਰ 'ਤੇ ਗੋਲੀ ਮਾਰਨ ਤੋਂ ਬਾਅਦ ਫਿਰ ਉੱਪਰ ਬਿਸਤਰੇ ਸਿੱਟਤੇ ਬੈੱਡ ਦੇ ਉੱਪਰ ਬਿਸਤਰੇ ਸਿੱਟ ਕੇ ਬੇਟਾ ਤਾਂ ਮੇਰਾ ਬਿਲਕੁਲ ਹੀ ਜਲ ਗਿਆ ਤਾ ਉਹ ਤਾਂ ਦੱਸਦੇ ਆ ਵੀ ਐਂ ਹੁਣ ਜੇ ਕਈ ਇਕੱਠਾ ਕਰਿਆ ਅਤੇ ਦਾਦੀ ਦੇ ਮੇਰੀ ਦੇ ਅੱਧਾ ਹਿੱਸਾ ਜਲ ਗਿਆ ਤਾ ਭੈਣ ਔਰ ਉਹ ਦੂਰ ਤੀਆਂ ਬੈੱਡ 'ਤੇ ਉਹ ਠੀਕ ਤੀਆਂ ਫਿਰ ਜਾਂਦੇ ਵੇ ਸਕੂਟਰ ਖੜ੍ਹਾ ਤਾ ਇਸ ਤਰ੍ਹਾਂ ਮਤਲਬ ਬੈੱਡ ਦੇ ਕੋਲ ਸਕੂਟਰ ਵਿੱਚ ਮਾਰੀ ਵੀ ਤੀ ਗੋਲੀ ਮਾਰੀ ਹੋਊਗੀ ਵੀ ਸਕੂਟਰ ਦੀ ਟੈਂਕੀ ਵੀ ਫੁੱਟ ਜੂਗੀ ਆਪੇ ਵੀ ਅੱਗ ਲੱਗ ਕੇ ਵੀ ਆਪੇ ਉਹ ਜੂ ਮਤਲਬ ਉਹ ਤਾਂ ਨਹੀਂ ਜੇ ਉਹ ਹੋ ਜਾਂਦੇ ਫਿਰ ਤਾਂ ਹੋ ਸਕਦਾ ਛੱਤ ਛੁੱਤ ਗਿਰ ਕੇ ਦੱਬ ਜਾਂਦੇ ਹੋਰ ਉਹ ਹੋ ਜਾਂਦੇ ਪਰ ਊਂ ਤੂੰ ਆਧਾਰ ਨਾਲ ਸਾਰਾ ਘਰ ਤਾਂ ਕਾਲਾ ਹੋ ਗਿਆ ਤਾਂ ਪਰ ਛੱਤ ਨਹੀਂ ਤੀ ਗਿਰੀ ਹੈਗੀ ਸਕੂਟਰ ਵੀ ਉੱਦਾਂ ਹੀ ਖੜ੍ਹਾ ਤਾ ਟੀ ਵੀ ਨੂੰ ਨਹੀਂ ਤਾਂ ਕੁਛ ਹੋਇਆ ਵਾ ਟੀ ਵੀ ਉੱਕਣਾ ਹੀ ਪਿਆ ਤਾਂ ਬਾਕੀ ਬਸ ਇਹੀ ਜਲੇ ਬਸ ਬੈੱਡ ਪਰ ਪਏ। ਕਿੱਦਾਂ ਫਿਰ ਕਿੱਦਾਂ ਮਹਿਸੂਸ ਹੁੰਦਾ ਸੀਗਾ? ਦੁੱਖ ਤਾਂ ਹੁੰਦਾ ਹੀ ਆ ਜੇ ਹੁਣ ਘਰ ਦੇ ਤਾਂ ਇੱਕ ਕਹਿੰਦੇ ਹੁੰਦੇ ਇੱਕ ਦਿਨ ਦਾ ਬੱਚਾ ਚਲੇ ਜਾਵੇ ਚਾਹੇ ਦੁੱਖ ਉਹ ਨਹੀਂ ਛੇਤੀ ਛੇਤੀ ਭੁੱਲਦਾ ਹੈਗਾ ਇਹ ਤਾਂ ਫਿਰ ਇਕੱਠੇ ਚਾਰ ਜੀ ਤਾਂ ਗਏ ਹੀ ਗਏ ਗਾਹਾਂ ਥੋੜ੍ਹੇ ਹੀ ਦਿਨ ਅਜੇ ਹੋਏ ਅਤੇ 3 ਸਤੰਬਰ ਨੂੰ ਇਹਨਾਂ ਦਾ ਮੁਕਾਬਲਾ ਹੋ ਜਾਂਦਾ ਚੰਨੇ ਔਰ ਬਲਵਿੰਦਰ ਦਾ ਫਿਰ ਪਿੰਡ ਦੇ ਸਾਰੇ ਲੋਕ ਆਉਂਦੇ ਆ ਘਰ ਵਿੱਚ ਆ ਕੇ ਇਕੱਠੇ ਹੁੰਦੇ ਆ ਵੀ ਆਪਾਂ ਨੇ ਫਤਿਹਗੜ੍ਹ ਸਾਹਿਬ ਜਾਣਾ ਉੱਥੇ ਜਾਣਾ ਹੈ ਬਈ ਥਾਣੇ ਜਾਣਾ। ਪਿਤਾ ਜੀ ਦੇ ਦਿਮਾਗ ਵਿੱਚ ਬਲਵਿੰਦਰ ਵਾਲੀ ਤਾਂ ਕੋਈ ਗੱਲ ਹੈ ਹੀ ਨਹੀਂ ਤੀ ਉਹਨਾਂ ਨੇ ਪਿੰਡ ਵਾਲਿਆਂ ਨੇ ਦੱਸਿਆ ਹੀ ਨਹੀਂ ਬਈ ਬਲਵਿੰਦਰ ਆਏ ਹੋਊਗਾ ਕਿਉਂਕਿ ਉਹਨਾਂ ਨੇ ਤਾਂ ਟੀਵੀ ਵਿੱਚ ਖਬਰ ਸੁਣ ਲਈ ਤੀ ਪਰ ਸਾਨੂੰ ਤਾਂ ਅਸੀਂ ਕਿਹੜੇ ਟੀਵੀ ਦੇਖਦੇ ਅਤੇ ਕਰਦੇ ਅਤੇ ਬਸ ਪਿਤਾ ਜੀ ਕਹਿੰਦੇ ਕੋਈ ਨਹੀਂ ਆਪਾਂ ਚੱਲਾਂਗੇ ਪਿਤਾ ਜੀ ਦੇ ਦਿਮਾਗ ਵਿੱਚ ਇਹ ਤਾਂ ਵੀ ਮੇਰਾ ਭਰਾ ਮੇਰਾ ਭਤੀਜਾ ਹੈ ਬਈ ਉਹਨੂੰ ਛਡਾਉਣ ਵਾਸਤੇ ਜਾਣਾ ਉਹਦੇ ਵਾਸਤੇ ਜਾਣਾ। ਪਿਤਾ ਜੀ ਨੂੰ ਤਾਂ ਪਤਾ ਹੀ ਨਹੀਂ ਸੀਗਾ ਕਿ ਬਲਵਿੰਦਰ ਸਿੰਘ ਉਹਨਾਂ ਨਾਲ ਵੀ ਇਹ ਜਿਹੜੇ ਘਟਨਾ ਹੋ ਗਈ ਪਿਤਾ ਜੀ ਨੂੰ ਕੋਈ ਪਿਤਾ ਜੀ ਵੀ ਫੜੇ ਵੇ ਤੇ ਪਹਿਲਾਂ ਜਿਸ ਦਿਨ ਆ ਘਰ ਵਿੱਚ ਵਾਕਾ ਹੋਇਆ ਉਸੇ ਦਿਨ ਲੈ ਕੇ ਆਉਂਦੇ ਆ ਜਦ ਲੈ ਕੇ ਆਏ ਆ ਪਿਤਾ ਜੀ ਨੂੰ ਕਹਿੰਦੇ ਵੀ ਪਿੰਡ ਜਾਣਾ ਪਿਤਾ ਜੀ ਕਹਿੰਦੇ ਪਿਤਾ ਕਹਿੰਦੇ ਚਲੋ ਚੱਲਦੇ ਹਾਂ ਪਿੰਡ ਪਿਤਾ ਕਹਿੰਦੇ ਪਤਾ ਨਹੀਂ ਹੁਣ ਇਹਨਾਂ ਨੇ ਕਿਹਾ ਉਹ ਕੰਨ ਆ ਜਿਹੜੇ ਪਿੰਡ ਨੂੰ ਲੈ ਕੇ ਚੱਲੇ ਆ ਜਦ ਆਏ ਪਿੰਡ ਅੰਦਰ ਨਹੀਂ ਵੜਨ ਦਿੱਤਾ ਹੈਗਾ ਉਹਨਾਂ ਨੇ ਬਾਹਰੇ ਰੋਕ ਲਿਆ ਗਲੀ 'ਚ ਪਿਤਾ ਜੀ ਨੂੰ ਪਿਤਾ ਜੀ ਨੇ ਪਹਿਲਾਂ ਤਾਂ ਸੋਚਿਆ ਵੀ ਇੰਨੀ ਉਹ ਹੋਈ ਵੀ ਹੈ ਜਿਹੜੇ ਇਕੱਠੇ ਹੋਏ ਵੇ ਲੋਕ ਲੈ ਵੀ ਮੇਰਾ ਤਾਂ ਪੁੱਤ ਆ ਗਿਆ ਬਈ ਉਹ ਤਾਂ ਹੋ ਗਿਆ ਸ਼ਹੀਦ ਉਹਨੇ ਸੋਚਿਆ ਕਹਿੰਦਾ ਲੈ ਵੀ ਸੁਰਮਿਆ ਤੂੰ ਆ ਗਿਆ ਆਪਣੇ ਮਨ ਵਿੱਚ ਕਹਿੰਦਾ ਵੀ ਲੈ ਸੁਰਮਿਆ ਤੂੰ ਆ ਗਿਆ ਪਰ ਜਦ ਉੱਥੇ ਖੜੇ ਖੜੇ ਨੇ ਦੇਖਿਆ ਵੀ ਇੱਕ ਮੰਜਾ ਨਿਕਲਦਾ ਦੂਆ ਮੰਜਾ ਨਿਕਲਦਾ ਤੀਆ ਨਿਕਲਿਆ ਇਸ ਤਾਂ ਮਤਲਬ ਜਦ ਨਿਕਲਿਆ ਚਾਰ ਮੰਜੇ ਮਤਲਬ ਫਿਰ ਮਨ ਨੂੰ ਆਇਆ ਬਈ ਹੈ ਇਹ ਤਾਂ ਪਰਿਵਾਰ ਦਾ ਉਹ ਹੋ ਗਿਆ ਪਿਤਾ ਜੀ ਕਹਿੰਦੇ ਜਦੋਂ ਮੈਂ ਪਰਿਵਾਰ ਦੇਖਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕੋਈ ਨਹੀਂ ਕੁਛ ਨਹੀਂ ਸੁੱਝਿਆ ਕਹਿੰਦਾ ਨਾ ਮੈਨੂੰ ਕਹੋ ਕਹਿੰਦੇ ਉਸੇ ਟਾਈਮ ਪੋਸਟਮਾਰਟਮ ਨੂੰ ਲੈ ਗਏ ਪੋਸਟਮਾਰਟਮ ਨੂੰ ਲੈ ਕੇ ਆਏ ਕਹਿੰਦੇ ਆਉਂਦੀ ਸਾਰੇ ਬਸ ਲਲਾ ਕਰਕੇ ਦਾਗ ਵੀ ਦਵਾ ਤੇ ਕਹਿੰਦਾ ਮੈਨੂੰ ਤਾਂ ਕੋਈ ਗੱਲ ਨਹੀਂ ਸੁੱਝਣ ਦਿੱਤੀ ਮੈਨੂੰ ਤਾਂ ਇਹ ਵੀ ਨਹੀਂ ਦਿਮਾਗ ਵਿੱਚ ਆਉਣ ਦਿੱਤੀ ਹੈਗੀ ਗੱਲ ਬਈ ਮੈਂ ਇਹੀ ਕਹਾਂ ਵੀ ਬਈ ਮੇਰੇ ਭਰਾ ਦੀ ਪਤਾ ਨਹੀਂ ਆ ਇਹ ਵੀ ਮੇਰੇ ਭਰਾ ਨੂੰ ਛੱਡੋ ਵੀ ਪਤਾ ਨਹੀਂ ਤਾਂ ਉਹਦੀ ਆ ਬਈ ਜਦ ਉਹਦੀ ਉਹ ਆ ਵੀ ਉਹਦੀ ਮਾਂ ਏ ਮੁੰਡੇ ਦੀ ਵੀ ਉਹਨੂੰ ਛੱਡੋ ਤੁਸੀਂ ਕਹਿੰਦੇ ਮੈਨੂੰ ਤਾਂ ਕੋਈ ਸੁੱਝਣ ਹੀ ਨਹੀਂ ਦਿੱਤੀ ਹੈਗੀ ਗੱਲ ਫਿਰ ਇਹ ਛਡਾਏ ਆ ਫਿਰ ਜਦੋਂ ਫਿਰ ਇਹ ਬਲਵਿੰਦਰ ਦਾ ਹੋਇਆ ਸ਼ਹੀਦ ਹੋਇਆ ਮਤਲਬ ਘਰ ਲੈ ਆਉਂਦੇ 4 ਤਰੀਕ ਨੂੰ ਜਾਂ 4 ਤਰੀਕ ਨੂੰ ਲੈ ਕੇ ਆਉਂਦੇ ਆ ਘਰ ਉਸ ਟਾਈਮ
ਮਾਤਾ ਜੀ ਦਾ ਮਨ ਚਲੋ ਗੱਲ ਕਰ ਲੈ ਕੇ ਆਉਂਦੇ ਆ ਤਾਂ ਉਸ ਟਾਈਮ ਫਿਰ ਪਿਤਾ ਜੀ ਨੂੰ ਕਹਿੰਦੇ ਆ ਵੀ ਚਲੋ ਸੰਸਕਾਰ ਕਿੰਨੇ ਵਜੇ ਦਾ ਸੰਸਕਾਰ ਕਿੰਨੇ ਵਜੇ ਦਾ ਪਿਤਾ ਜੀ ਨੇ ਫਿਰ ਆਪਣੇ ਮਤਲਬ ਕਿਹਾ ਵੀ ਮੈਂ ਮੇਰੇ ਭਰਾ ਨੂੰ ਲਿਆਓ ਪਹਿਲਾਂ ਮੇਰੇ ਭਤੀਜੇ ਨੂੰ ਲਿਆਓ ਵੀ ਮੈਂ ਤਾਂ ਫਿਰ ਸੰਸਕਾਰ ਕਰਨਾ ਫਿਰ ਕਹੀ ਗਏ ਨਹੀਂ ਤੁਸੀਂ ਕਰ ਦਿਓ ਸੰਸਕਾਰ ਅਸੀਂ ਲੈ ਆਉਂਦੇ ਹਾਂ ਅਸੀਂ ਛੱਡ ਦਿੰਦੇ ਹਾਂ ਪਿਤਾ ਜੀ ਕਹਿੰਦੇ ਨਹੀਂ ਮੇਰੇ ਅੱਖਾਂ ਦੇ ਸਾਹਮਣੇ ਹੋਣੇ ਚਾਹੀਦੇ ਆ ਮੇਰਾ ਭਰਾ ਭਤੀਜਾ ਬਈ ਮੈਂ ਉਸ ਟਾਈਮ ਸੰਸਕਾਰ ਕਰਨਾ ਕਹਿੰਦੇ ਨਹੀਂ ਜੀ ਤੁਸੀਂ ਇਹਦੀ ਕਾਹਨੂੰ ਉਹ ਰੋਲਦੇ ਆ ਜੀ ਤੁਸੀਂ ਉਹ ਕਰਦੇ ਆ ਪਿਤਾ ਜੀ ਕਹਿੰਦੇ ਹੁਣ ਕਾਹਦਾ ਰੋਲਣਾ ਹੁਣ ਤਾਂ ਇਹ ਮਿੱਟੀ ਆ ਇਹਦੇ 'ਚ ਕੁਛ ਨਹੀਂ ਹੈਗਾ ਜੋ ਕੁਛ ਹੈ ਤਾਂ ਉਹ ਤਾਂ ਹੁਣ ਭਾਣਾ ਬੀਤ ਲਿਆ ਹੁਣ ਤਾਂ ਇਹ ਚਾਹੇ 15 ਦਿਨ ਪਿਆ ਰਹੇ ਤੁਸੀਂ 15 ਦਿਨਾਂ ਨੂੰ ਛੱਡੋਗੇ 15 ਦਿਨ ਪਈ ਰਹੂਗੀ ਚਾਹੇ ਗਲ ਜਾਵੇ ਚਾਹੇ ਸੜ ਜਾਵੇ ਲਾਸ਼ ਪਰ ਮੈਂ ਦਾਗ ਦੇਣੇ ਉਦੋਂ ਹਾਂ ਜਦੋਂ ਮੇਰੇ ਭਤੀਜੇ ਨੂੰ ਔਰ ਭਰਾ ਨੂੰ ਛੱਡੂੰਗੀ ਫਿਰ ਮਤਲਬ 5 ਵਜੇ ਤੱਕ ਬਹੁਤ ਉਹਨਾਂ ਨੇ ਉਹ ਕਰਿਆ ਫਿਰ ਜਾਂ 5 ਵਜੇ 5 ਵਜੇ ਤੋਂ ਬਾਅਦ ਫਿਰ ਉਹਨਾਂ ਨੇ ਫੋਨ ਕਰੇ ਆ ਫਿਰ ਕਿਤੇ 1 ਵਜੇ ਰਾਤ ਨੂੰ ਲੈ ਕੇ ਆਏ ਆ ਮੇਰੇ ਚਾਚਾ ਜੀ ਨੂੰ ਔਰ ਭਰਾ ਨੂੰ ਉਹਨੂੰ ਫਿਰ 1 ਵਜੇ ਛੱਡਿਆ ਫਿਰ ਲੋਕਾਂ ਜਦ ਉਹ ਛੱਡੇ ਲੋਕ ਸਾਰੇ ਮਤਲਬ ਉਹ ਕਾਰਨ ਕਹਿੰਦੇ ਬੱਲੇ ਉਹ ਸੂਰਮਿਆਂ ਤੂੰ ਤਾਂ ਮੁੱਕ ਕੇ ਵੀ ਜ਼ਿੰਦਗੀਆਂ ਵਸ ਬਖਸ਼ ਗਿਆ ਆਪਣਿਆਂ ਦੀਆਂ ਕਹਿੰਦਾ ਬੱਲੇ ਉਹ ਸੂਰਮਾ ਸਾਡੇ ਵੀ ਕਿਆ ਅਤੇ ਤੂੰ ਤਾਂ ਇਹਨਾਂ ਨੂੰ ਵੀ ਝੁਕਾ ਗਿਆ ਪੁਲਿਸ ਨੂੰ ਵੀ ਤੇਰੀ ਲਾਸ਼ ਵਿੱਚ ਵੀ ਇੰਨਾ ਦਾਮ ਆ ਵੀ ਨਹੀਂ ਸਾਡੀ ਕਿਆ ਉਹ ਔਕਾਤ ਸਾਰੇ ਕਹਿਣ ਜੋ ਵੀ ਉੱਥੇ ਹੈਗੇ ਤੇ ਜਦੋਂ ਇਹ ਘਟਨਾਕ੍ਰਮ ਹੋਇਆ ਜਦੋਂ ਜਾਂ ਉਹਨਾਂ ਨੂੰ ਦਾਗ ਦਿੱਤੇ ਹੈ ਸੰਸਕਾਰ ਕੀਤੇ ਹੈ ਤੁਸੀਂ ਫਿਰ ਉੱਥੇ ਹੈਗੇ ਸੀ ਹਾਂ ਬਲਵਿੰਦਰ ਦੀ ਵਾਰੀ ਮੈਂ ਉੱਥੇ ਹੋਈ ਸੀ ਬਲਵਿੰਦਰ ਘਰਦਿਆਂ ਦੀ ਵਾਰੀ ਤਾਂ ਨਹੀਂ ਤਾਂ ਆਏ ਕਿਉਂਕਿ ਘਰਦਿਆਂ ਨੂੰ ਤਾਂ ਫਿਰ ਜਦੇ ਚੱਕੋ ਚੱਕ ਕਰਤੀ ਸੀ ਸਾਨੂੰ ਵੀ ਮੈਂ ਵੀ ਦਿੱਲੀ ਸੀ ਉਸ ਟਾਈਮ ਸਾਨੂੰ ਮੈਨੂੰ ਵੀ ਅਖਬਾਰ ਦੇ ਥਰੂ ਇਹ ਪਤਾ ਕਿਸੇ ਨੇ ਜਾ ਕੇ ਦੱਸਿਆ ਤਾਂ ਉਹਨੂੰ ਵੀ ਅਖਬਾਰ ਦੇ ਥਰੂ ਪਤਾ ਲੱਗਿਆ ਉਹਨੇ ਘਰ ਜਾ ਕੇ ਸਾਨੂੰ ਦੱਸਿਆ ਤਾਂ ਫਿਰ ਕਹਿੰਦੇ ਹੁੰਦੇ ਆ ਵੀ ਅਖਬਾਰਾਂ ਦੇ ਥਰੂ ਇਹ ਪਤਾ ਲੱਗਦਾ ਤਾਂ ਜਦ ਤਾਂ ਕੋਈ ਫੋਨ ਹੁੰਦੇ ਨਹੀਂ ਅਤੇ ਬਸ ਕਿਸੇ ਨੇ ਉੱਥੇ ਸਾਨੂੰ ਦੱਸਿਆ ਵੀ ਤੁਹਾਡੇ ਪਰਿਵਾਰ ਦਾ ਐਂ ਕਰਕੇ ਐਂ ਹੋ ਗਿਆ ਫਿਰ ਅਸੀਂ ਉੱਥੇ ਤੇ ਆਏ ਹਾਂ ਜਦ ਫਿਰ ਆਇਆ ਅਤੇ ਤਾਂ ਸਾਡੇ ਦਾਗ ਦੂਗ ਦੇ ਹੀ ਦਿੱਤੇ ਅਤੇ ਇਹਨਾਂ ਨੇ ਪਹਿਲਾਂ ਹੀ ਦਵਾਤੇ ਅਤੇ ਫਿਰ ਦਿੱਲੀ 'ਤੇ ਆਉਣਾ ਵੀ ਕਿਹੜੇ ਦਿਹਾੜੀ ਤਾਂ ਲੱਗੇ ਜਾਂਦੀ ਆ ਫਿਰ ਦਾਗ ਦੇ ਕੇ ਫੁੱਲ ਵੀ ਪਾਉਣ ਪਾਇਆ ਏ ਅਤੇ ਜਿੰਨੇ ਨੂੰ ਅਸੀਂ ਪਹੁੰਚੇ ਆ ਕੇ ਫਿਰ ਜਾਣੀ ਆਪਣੇ ਭਾਈ ਦੇ ਟਾਈਮ ਜਾਣੀ ਮੈਂ ਉਰੀ ਹੋਈ ਸੀ ਭਾਈ ਜਿਸ ਦਿਨ ਮੇਰੇ ਭਰਾ ਦੀ ਮਤਲਬ ਉਹ ਘਰਦਿਆਂ ਨੂੰ ਤਾਂ ਸਾਨੂੰ ਉਸ ਕਿਸੇ ਨੇ ਦੱਸਿਆ ਨਹੀਂ ਤਾਂ ਵੀ ਇਹੀ ਭੁਲੇਖ ਵਿੱਚ ਰੱਖਿਆ ਵੀ ਪਿਤਾ ਜੀ ਨੇ ਔਰ ਸਾਨੂੰ ਵੀ ਆਪਾਂ ਨੇ ਜਾਣਾ ਭਰਾ ਚਾਚੇ ਨੂੰ ਛਡਾਉਣ ਜਾਣਾ ਇਹੀ ਉਹਦੇ ਵਿੱਚ ਸੀ ਪਰ ਜਦ ਮੈਂ ਉੱਥੇ ਘਰ 'ਤੇ ਆਈ ਹਾਂ ਮੈਂ ਕਿਹਾ ਮੇਰੇ ਕੋਲ ਕੱਪੜੇ ਹੈ ਨਹੀਂ ਬਦਲਣੇ ਨੂੰ ਮੈਂ ਕੱਪੜੇ ਚੱਕ ਲਿਆਵਾਂ ਮੈਂ ਚੱਲ ਮਰੰਡੇ ਨੂੰ ਆਈ ਹਾਂ ਆਉਂਦੇ ਜਦ ਚਮਕੌਰ ਸਾਹਿਬ ਆ ਕੇ ਬੱਸ ਵਿੱਚ ਬੰਦੇ ਚੜ੍ਹੇ ਆ ਇੱਕ ਦੇ ਹੱਥ ਵਿੱਚ ਅਖਬਾਰ ਤਾ ਉਹ ਆਏ ਮੇਰੇ ਕੋਲ ਜੇ ਬੈਠ ਗਿਆ ਕੋਲ ਜੇ ਬੈਠਿਆ ਉਹਨੇ ਅਖਬਾਰ ਮਤਲਬ ਮੇਰੀ ਨਿਗਾਹ ਪੈ ਗਈ ਉੱਪਰੇ ਮੇਨ ਪੇਜ 'ਤੇ ਹੀ ਤਾਂ ਲਿਖਿਆ ਵਾ ਭਾਈ ਜਟਾਣਾ ਅਤੇ ਚੰਨਾ ਹਲਾਕ ਜਦ ਮਤਲਬ ਮੈਂ ਪੜ੍ਹਿਆ ਭਾਈ ਜਟਾਣਾ ਬਸ ਮੈਂ ਤਾਂ ਉੱਥੇ ਤਾਂ ਜਦੋਂ ਦਿਮਾਗ ਮੇਰਾ 1 ਲੱਖ ਤੱਕ ਘੁੰਮ ਗਿਆ ਵੀ ਹੈ ਕਿਆ ਹੋ ਗਿਆ ਇਹ ਮੈਂ ਉੱਥੇ ਤਾਂ ਵਾਪਸ ਆ ਗਈ ਵਾਪਸ ਆਉਂਦੀ ਆ ਵਿੱਚ ਕੋਈ ਜਾਣਕਾਰ ਹੋਣਾ ਹੈ ਉਹ ਕਹਿੰਦਾ ਵੀ ਇਹ ਉਹਦੀ ਭੈਣ ਆ ਬਈ ਬਲਵਿੰਦਰ ਦੀ ਉਹ ਫਿਰ 1 ਬੱਸ ਵਾਲੇ ਨੂੰ ਕਹਿੰਦਾ ਵੀ ਉਹ ਜਾਂਦੀ ਹੈ ਤੁਰੀ ਵੀ ਉਹਨੂੰ ਤੂੰ ਨਾ ਉੱਥੇ ਜਟਾਣੇ ਛੱਡਿਆ ਪੁਲ ਪਰੇ 'ਚ ਚੱਲ ਲਾ ਦੀ ਮੈਂ ਤਾਂ ਤੁਰੀ ਉਹ ਆਵਾਂ ਮੈਨੂੰ ਤਾਂ ਦਿਮਾਗ ਵਿੱਚ ਵੀ ਨਾ ਆਵੇ ਵੀ ਮੈਂ ਉਰੇ ਤਾਂ ਬੱਸ ਅੱਡੀਕ ਲਵਾਂ ਜਾਂ ਹੋਰ ਉਹ ਕਰ ਲਵਾਂ ਮਤਲਬ ਇਹੋ ਜਿਹਾ ਘੁੰਮ ਜਾਂਦਾ ਬੰਦਾ ਨਾ 1 ਲੱਖ ਤਾਂ ਸੁਣ ਕੇ ਫਿਰ ਮੈਨੂੰ ਉਹ ਬੱਸ ਵਾਲਾ ਜਾਣੇ ਉੱਥੇ ਛੱਡ ਗਿਆ ਉਹ ਮੈਨੂੰ ਕਹਿੰਦਾ ਭੈਣ ਕੋਈ ਨਾ ਕਹਿੰਦਾ ਵੀ ਅਸੀਂ ਇੱਧਰ ਨੂੰ ਜਾਣਾ ਤੈਨੂੰ ਇੱਥੇ ਲਾ ਦਿੰਦੇ ਹਾਂ ਜਟਾਣੇ ਬਸ ਉਹਨਾਂ ਨੇ ਮੇਰੇ ਤੋਂ ਕਿਰਾਇਆ ਵੀ ਨਹੀਂ ਲਿਆ ਹੈਗਾ ਕਹਿੰਦਾ ਨਾ ਭੈਣ ਕਹਿੰਦਾ ਕਿਰਾਏ ਨੂੰ ਕੁਛ ਨਹੀਂ ਹੈਗਾ ਚੱਲ ਤੂੰ ਕਹਿੰਦਾ ਉਹ ਵੀ ਜਾ ਕੰਨ ਬਸ ਮੈਂ ਆਪਣਾ ਆਈ ਜਾ ਘਰ ਆਈ ਹਾਂ ਘਰ ਆ ਕੇ ਮੈਂ ਕਿਹਾ ਮੈਂ ਦੱਸਾਂ ਘਰਦਿਆਂ ਨੂੰ ਤਾਂ ਵੀ ਆਹ ਕੰਮ ਹੋ ਗਿਆ ਜਦ ਦੇਖਿਆ ਫਿਰ ਲੋਕ ਲਈ ਜਾਂਦੇ ਤੇ ਪਿਤਾ ਜੀ ਨੂੰ ਪਤਾ ਲੱਗ ਗਿਆ ਤਾਂ ਘਰ ਵਿੱਚ ਸਾਰੇ ਸਵੇਰ ਟਾਈਮ ਮਤਲਬ ਮੇਰੇ ਜਾਣੀ
ਚਾਹ ਪਾਣੀ ਪੀ ਲਿਆ ਤਾਂ ਅਸੀਂ ਰੋਟੀ ਪਾਣੀ ਖਾ ਲਏ, ਖਾਏ ਤੇ ਬਾਅਦ ਇਹ ਦੱਸਿਆ ਲੋਕਾਂ ਨੇ ਸਾਨੂੰ ਪਿੰਡ ਦਿਆਂ ਨੇ 9-10 ਵਜੇ ਜਾ ਕੇ ਦੱਸਿਆ ਕਿਤੇ ਦੂਏ ਦਿਨ ਵੀ ਪਿੰਡ ਦਿਆਂ ਨੇ ਵੀ ਮਤਲਬ ਇਹੀ ਸੋਚਦੇ ਤੇ ਵੀ ਅਸੀਂ ਕਿਹੜੇ ਮੂੰਹ ਨਾਲ ਦੱਸੀਏ ਜੋ ਹੁਣ ਅਸੀਂ ਗੱਲ ਕਰਦੇ ਹਾਂ ਵੀ ਤੁਸੀਂ ਆਏ ਨਹੀਂ। ਕਹਿੰਦੇ ਸਾਡੇ 'ਚ ਹਿੰਮਤ ਨਹੀਂ ਟਿਕਾਉਂਦੀ ਦੱਸਣ ਦੀ ਵੀ ਉਹ ਐਂ ਹੋ ਗਿਆ। ਕਹਿੰਦੇ ਸਾਰੇ ਪਿੰਡ ਵਿੱਚ ਤਰ੍ਹਾਂ ਤਰ੍ਹਾਂ ਤਾਂ ਹੋ ਗਈ ਸੀ ਵੀ ਲੈ ਉਹ ਹੋ ਗਿਆ ਏ, ਪਰ ਕਹਿੰਦੇ ਸਾਡੇ ਹਿੰਮਤ ਨਹੀਂ ਟਿਕਾਉਂਦੀ ਵੀ ਕੌਣ ਨਾਂ ਲੈ ਕੇ ਕਹੇ ਇਹਨਾਂ ਨੂੰ। ਪਰਿਵਾਰ 'ਚ ਮਾਤਾ ਜੀ ਕੌਣ ਕੌਣ ਹੈ? ਹੁਣ ਪਰਿਵਾਰ 'ਚ ਉੱਥੇ ਰਹਿੰਦੇ ਆ ਮੇਰੇ ਚਾਚੇ ਦੇ ਮੁੰਡੇ ਆ ਦੋ, ਉਹਨਾਂ ਦਾ ਪਰਿਵਾਰ ਆ, ਬੱਚੇ ਆ। ਤੁਹਾਡਾ ਤੁਸੀਂ ਇੱਥੇ ਆਪਣਾ ਜਿਹੜਾ ਕੰਮ ਕਾਰ ਹੱਥੀ ਮਿਹਨਤ ਕਰਕੇ ਜਿਹੜਾ ਵਧੀਆ ਜਿਹੜਾ ਤੁਹਾਡਾ ਗੁਜ਼ਾਰਾ? ਬਸ ਵਧੀਆ ਚੱਲਦਾ ਹੈ ਜੀ, ਦੋ ਟਾਈਮ ਦੀ ਰੋਟੀ ਪਰਮਾਤਮਾ ਦਿੰਦਾ, ਬੜੇ ਖੁਸ਼ ਹੋ ਕੇ ਖਾਈ ਦੀ ਆ, ਕੋਈ ਉਹ ਨਹੀਂ ਕਿਸੇ ਦਾ। ਕਿੱਦਾਂ ਦਾ ਮਾਤਾ ਜੀ, ਜਿਵੇਂ ਹੁਣ ਇੱਕਦਮ ਗਾਣੇ ਦੇ ਵਿੱਚ ਆਪਾਂ ਗੱਲ ਕਰ ਲੈਂਦੇ ਫਿਰ ਕਿ ਜਿਵੇਂ ਉਹਨਾਂ ਦਾ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਨਾਮ ਆ ਜਾਂਦਾ, ਕਿੱਦਾਂ ਮਹਿਸੂਸ ਕਿੱਦਾਂ ਕਰਦੇ? ਮਹਿਸੂਸ ਤਾਂ ਹੁਣ ਮਾਣ ਤਾਂ ਬਹੁਤ ਹੁੰਦਾ ਵੀ ਲੈ ਤੂੰ ਐਡੇ ਐਡੀਆਂ ਗੱਲਾਂ ਮਤਲਬ ਹੋ ਗਈਆਂ ਤੇਰੀਆਂ, ਮਤਲਬ ਇੰਨੇ ਚਰਚੇ ਜਿਹੜੇ ਅੱਜ ਭੁੱਲਦੇ ਜਾਂਦੇ ਤੇ ਵੀ ਅੱਜ ਬੱਚੇ ਬੱਚੇ ਦੀ ਜ਼ਬਾਨ ਪਰ ਬਲਵਿੰਦਰ ਬਲਵਿੰਦਰ ਹੋਈ ਪਈ ਆ। ਜਦੋਂ ਮੈਂ ਕਈ ਫੇਸਬੁੱਕ ਦੇਖਦੀ ਹਾਂ, ਪਹਿਲਾਂ ਮੈਂ ਕਈ ਦਿਨ ਮੈਂ ਦੇਖੀ ਨਹੀਂ ਫੇਸਬੁੱਕ ਜੀ, ਕਦੋਂ ਮੈਂ ਖੋਲ੍ਹ ਕੇ ਦੇਖੀ ਜਿੱਦਣ ਉਹ, ਮੈਂ ਕਿਹਾ ਅੱਜ ਬਲਵਿੰਦਰ ਬਲਵਿੰਦਰ ਦੀ ਉਹ ਆ ਹੋਇਆ। ਫਿਰ ਮਤਲਬ ਪਤਾ ਲੱਗਿਆ ਵੀ ਉਹਦੇ ਆਹ ਜਟਾਣਾ ਵੀ ਨਾਮ ਤਾਂ ਸਿੱਧੂ ਮੂਸੇਵਾਲੇ ਦੀ ਵੀ ਰਿਲੀਜ਼ ਹੋ ਗਈ। ਪਹਿਲਾਂ ਮੈਨੂੰ ਕਿਸੇ ਨੇ ਇਹਦੇ ਸਿੱਧੂ ਮੂਸੇਵਾਲੇ ਦੇ ਮਤਲਬ ਮਾਨ ਤੋਂ ਬਾਅਦ ਇਹਦਾ ਵੀ ਬੜਾ ਦੁੱਖ ਲੱਗਿਆ ਵੀ ਚਲੋ ਉਹ ਆ, ਫਿਰ ਮੈਨੂੰ ਪਤਾ ਲੱਗਿਆ ਵੀ ਇਹਨੇ ਬਲਵਿੰਦਰ ਦੇ ਨਾਂ ਲਿਆ ਵਿੱਚ ਉਹਦੇ। ਮੈਨੂੰ ਕਿਸੇ ਨੇ ਕਿਹਾ ਵੀ ਗਾਣਾ ਆਉਣਾ ਹੁਣ ਉਹਦਾ ਵੀ ਆਊਗਾ ਵੀ ਹੁਣ ਇਹ ਹਫ਼ਤੇ ਵਿੱਚ ਆਉਣਾ ਏ, 6 ਜੂਨ ਨੂੰ ਵਿੱਚ ਕਹੀ ਗਏ 6 ਜੂਨ ਨੂੰ ਰਿਲੀਜ਼ ਹੋਣਾ ਏ। ਹੁਣ ਮੈਂ ਫੇਸਬੁੱਕ ਦੇਖਾਂ ਨਾ ਦੇਖਾਂ ਨਾ, ਮੈਂ ਖਾਸ ਕਰਕੇ ਦੇਖਦੀ ਰਹੀ, ਕੰਮ ਕਰਦੀ ਕਰਦੀ ਨਾ ਮੈਂ ਇੱਥੇ ਰੱਖ ਲੈਣਾ ਮੋਬਾਈਲ, ਉਰੇ ਰੱਖ ਲੈਣਾ ਕਈ ਵਾਰ ਐਂ ਮਤਲਬ ਨਾਲੇ ਕੰਮ ਕਰੀ ਜਾਣਾ ਨਾਲੇ ਉੱਪਰ ਚੱਕੀ ਜਾਣਾ ਵੀ ਦੇਖਾਂ ਗਾਣਾ ਆਇਆ ਗਾਣਾ ਆਇਆ, ਮਤਲਬ ਬੜੀ ਬੇਸਬਰੀ ਜੀ ਬਈ ਚਲੋ ਗਾਣਾ ਸੁਣਦੇ ਹਾਂ, ਕਿਹਾ ਵੀ ਕਿਵੇਂ ਨਾਂ ਲਿਆ ਉਹਨੇ, ਕਿਹਾ ਸੁਣਿਆ ਗਾਣਾ ਸੁਣਿਆ ਜੀ, ਹੁਣ ਤਾਂ ਸੁਣਿਆ ਸੁਣਿਆ ਹੁਣ ਗਾਣਾ ਗਾਣਾ ਵਧੀਆ ਹੈ ਜੀ। ਹੁਣ ਗਾਣੇ ਦੇ ਕਹਿੰਦੇ ਹੁੰਦੇ ਗਾਣੇ ਕਰਕੇ ਤਾਂ ਹੋ ਸਕਦਾ ਗਾਣੇ ਕਰਕੇ ਹੀ ਆਪਣੀ ਉਹ ਜਾਣ ਉਹ ਹੋ ਗਿਆ, ਕਿਆ ਪਤਾ ਹੁਣ। ਸਿੱਧੂ ਮੂਸੇਵਾਲੇ ਨੇ ਕਦੇ ਇੱਥੇ ਜਾਂ ਤੁਹਾਡੇ ਇੱਧਰ ਜਟਾਣੇ ਪਿੰਡ ਕਦੇ ਕੋਈ ਆਏ ਨਾ? ਨਾ ਕੋਈ ਅੱਡੇ ਹੁਣੇ ਐਂ ਸੁਣਿਆ ਕਿਸੇ ਤੇ ਬਈ ਉਹ ਆ ਕੇ ਮਤਲਬ ਕਿ ਆਨੰਦਪੁਰ ਸਾਹਿਬ ਕੋਈ ਦੱਸਦਾ ਤਾਂ ਵੀ ਆਨੰਦਪੁਰ ਸਾਹਿਬ ਆ ਕੇ ਗਿਆ ਤਾਂ ਉੱਥੇ ਤੇ ਹੀ ਫਿਰ ਉਹਨੂੰ ਇੱਦਾਂ ਦੀਆਂ ਗੱਲਾਂ ਬਾਤਾਂ ਦੀਆਂ ਸਾਰਿਆਂ ਦੀਆਂ ਮਤਲਬ ਹਿਸਟਰੀਆਂ ਫਿਰ ਗਾਹਾਂ ਤੇ ਗਾਹਾਂ ਜਿੱਕਣਾ ਕੋਈ ਜਾਣ ਪਛਾਣ ਹੁੰਦਾ ਹੈ ਵੀ ਉੱਧਰ ਦਾ ਹੁੰਦਾ। ਅੱਜ ਕੱਲ੍ਹ ਫੇਸਬੁੱਕ ਪਰ ਜੁੜੇ ਜਾਂਦੇ ਆ ਦੂਰ ਦੂਰ ਦੇ, ਫਿਰ ਅਗਲੇ ਨੇ ਇੱਦਾਂ ਮਤਲਬ ਗੱਲਾਂ ਬਾਤਾਂ ਪੁੱਛ ਕੇ ਸਰਚ ਮਾਰ ਕੇ ਫਿਰ ਉਹਨੇ ਬਣਾਇਆ ਕਹਿੰਦੇ ਗਾਣਾ, ਉਹ ਦੱਸਦੇ ਆ ਵੀ ਹੁਣ ਬਾਕੀ ਤਾਂ ਉਹੀ ਜਾਣਦਾ ਜਿਹੜੇ ਨੇ ਬਣਾਇਆ ਵੀ ਕਿਵੇਂ ਬਣਾਇਆ ਕਿਵੇਂ ਨਹੀਂ। ਲਾਸਟ ਵਿੱਚ ਆਖੀਰ 'ਚ ਕੁਛ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਜਾਂ ਕਿਸੇ ਨੂੰ ਕੁਛ ਕਹਿਣਾ ਚਾਹੁੰਦੇ? ਕਿਸੇ ਨੂੰ ਕੁਛ ਨਹੀਂ ਕਹਿਣਾ ਚਾਹੁੰਦੇ, ਬਸ ਕਿਸੇ ਨੂੰ ਕੁਛ ਨਹੀਂ ਕਹਿਣਾ ਜੀ। ਧੰਨਵਾਦ ਜੀ। ਸੋ ਮਾਤਾ ਜੀ ਦੇ ਨਾਲ ਗੱਲ ਕੀਤੀ ਹੈ ਬਲਵਿੰਦਰ ਸਿੰਘ ਜਟਾਣਾ, ਉਹਨਾਂ ਦੇ ਜਿਹੜੇ ਸਕੇ ਭੈਣ ਹੈਗੇ ਉਹਨਾਂ ਨਾਲ ਗੱਲ ਕੀਤੀ ਹੈ, ਉਹਨਾਂ ਦੇ ਜਿਹੜਾ ਜੀਵਨ ਸੀ ਕਿਵੇਂ ਘਟਨਾਕ੍ਰਮ ਹੋਇਆ ਸਾਰੀ ਗੱਲ ਇਹਨਾਂ ਨੇ ਆਪਣਾ ਦੱਸਿਆ ਹੈਗਾ। ਰੋਜ਼ਾਨਾ ਸਪੋਕਸਮੈਨ ਲਈ ਮਨਜੀਤ ਮਾਨ ਮੋਰਿੰਡਾ।